सत श्री अकाल जी, मैं हाँ सायरा ते तुसी देख रहे हो पीटीसी शोकेस। दोस्तों, पंजाबी सिनेमा की जदों भी असी गल करते हैं, एक छोटी जी शिकायत साडे मन दे विच हुंदी है, ते ओ हुंदी है जी कि भी नवे जिहड़े चेहरे ने ओ बहुत फ्रीकुएंटली नज़र नहीं आते, या फिर कह लो नवी पेयरिंग बहुत फ्रीकुएंटली सानू नज़र नहीं आती। पर एक फिल्म आ रही है जिहदे विच बहुत ही ज़्यादा फन ते क्वर्की नवी पेयरिंग्स भी नज़र आ रही ने, ते नाल दे नाल पंजाबी सिनेमा के जोड़े पिलर्स ने वो इनू बैक भी कर रहे हैं। यदा मतलब ये तो है जी एक लीथल कॉम्बीनेशन। फिल्म का नाम है जी यारा दियाँ पौ बारह, तो फिल्म की स्टारकास्ट मेरे नाल इतने मौजूद है। प्लीज़ वेलकम जसविंदर पल्ला जी, उपासना सिंह मैम एंड नानक जी। सत श्री अकाल। किवें हो सारे? बहुत बहुत मुबारक। थैंक यू सो मच। और जी देख के होर खुश हो गए। थैंक यू। सब तो पहले बहुत बहुत कंग्रेचुलेशन, क्योंकि मैम ये फिल्म डायरेक्ट भी कर रहे हैं, और ये फिल्म मैम सच्ची जो मैं ओपनिंग से क्या आए दिलों में इनू फील कर दिया कि सीनियर एक्टर्स भी बहुत सारे इनू बैक कर रहे हैं, और नवे चेहरों भी मौका मिले, और एक प्रॉपर कैलकुलेटेड रिस्क काइंड ऑफ सिचुएशन है जिथे लोग नवे चेहरों वेखन भी जाएंगे, तो नाल जिन्हें पता है एक्सपर्टीज़ है इस मामले, जिन्होंने देख के मज़ा आना ही आना है, उन्होंने भी देखने जाएंगे। सो बहुत बहुत मुबारक है इस चीज़ के लिए। थैंक यू सर। थैंक यू सो मच। सो मैम, सब तो पहले तो यही पूछूंगी कि डायरेक्शन का ये जरा तुहाडे अंदर आया कि भी ये फिल्म मैं डायरेक्ट करूँगी, आई विल बी द कैप्टन ऑफ द शिप, ये किवें आया थॉट? ये मैं बहुत सालों तो सोच रही थी कि मैं ये फिल्म बनावा, क्योंकि ये सब्जेक्ट सिगा मेरे को, पर क्योंकि मैंने कभी टाइम ही नहीं मिलया इन्ना। जो तुम डायरैक्ट करते हो तो बहुत सारा टाइम उस फिल्म नू देना पैंदा है। ज एज ए एक्टर तो असं की करते हैं, स्क्रिप्ट ऑलरेडी लिखी भी होंगी है साड़िया, वो डेट्स लेंदे है कि चलो जी तुम सू 10 दिन दे दौ, 15 दिन दे दौ, तो उन्होंने लिखिया हुई लाइनस जाके असी उत्थे फिल्म च बोल दें, ठीक है, साडा उन्ना ही टाइम लगता है। पर जो तुम एक फिल्म नू डायरैक्ट करते हो तो तुम उसकी स्टार्टिंग तो ਉਹਦੇ ਡਾਇਲੋਗਸ ਕੀ ਹੋਣਗੇ, ਸਬਜੈਕਟ ਕੀ ਹੋਗਾ, ਸਕ੍ਰਿਪਟ ਕੀ ਹੋਏਗੀ, ਆਰਟਿਸਟ ਕੀ ਹੋਣਗੇ, ਕਦੋਂ ਸ਼ੂਟ ਕਿੱਦਾਂ ਹੋਏਗਾ, ਕਿਹੜੇ ਸ਼ਾਰਟਸ ਲਏ ਜਾਣਗੇ, ਔਰ ਪੋਸਟ ਪ੍ਰੋਡਕਸ਼ਨ, ਮਤਲਬ ਤੁਸੀਂ ਹਰ ਚੀਜ਼ 'ਚ ਇਨਵੋਲਵ ਰਹਿੰਦੇ ਹੋ। ਇਸ ਕਰਕੇ ਮੈਨੂੰ ਇਹ ਫਿਲਮ ਬਣਾਉਣ ਲਈ 1.5 ਸਾਲ ਲੱਗ ਗਿਆ, ਮਤਲਬ ਜਦੋਂ ਮੇਰੇ ਪ੍ਰੈਪਰੇਸ਼ਨ ਕਰਨ 'ਚ, ਸ਼ੂਟਿੰਗ ਲਈ ਸਾਨੂੰ ਘੱਟ ਦਿਨ ਲੱਗਦੇ ਆ, ਪਰ ਉਹਨੂੰ ਪ੍ਰੀਪੇਅਰ ਕਰਨ ਲਈ, ਔਰ ਫਿਰ ਉਹਦੇ ਬਾਅਦ ਵੀ ਉਹਨੂੰ ਪੂਰਾ ਜਿਹਾ ਪੋਸਟ ਪ੍ਰੋਡਕਸ਼ਨ ਹੁੰਦੀ ਹੈ ਉਹ ਕਰਨ ਨੂੰ। ਮੈਂ ਬਹੁਤ ਟਾਈਮ ਸੋਚਿਆ ਕਿ ਜਦੋਂ ਨਹੀਂ ਟਾਈਮ ਮਿਲਿਆ ਤਾਂ ਫਿਰ ਮੈਂ ਜਦੋਂ ਮੈਨੂੰ ਨਾਨਕ ਵੱਡਾ ਹੋਇਆ, ਔਰ ਇਹ ਬਹੁਤ ਸਾਰੀਆਂ ਚੀਜ਼ਾਂ 'ਚ ਪਾਰਟੀਸਪੇਟ ਕਰਦਾ ਸੀ, ਜਿੱਦਾਂ ਬਚਪਨ 'ਚ ਮੈਂ ਕਰਦੀ ਸੀਗੀ, ਔਰ ਬਹੁਤ ਸਾਰੇ ਅਵਾਰਡ ਵੀ ਲੈ ਕੇ ਆਉਂਦਾ ਸੀ। ਮੈਨੂੰ ਪੁੱਛਦੀ ਸੀ ਤੂੰ ਕੀ ਬਣਨਾ, ਕਹਿੰਦਾ ਮੈਂ ਹੀਰੋ ਬਣਨਾ। ਪਹਿਲਾਂ ਤਾਂ ਮੈਂ ਉਹਨੂੰ ਸੀਰੀਅਸਲੀ ਲਿਆ ਨਹੀਂ, ਪਰ ਜਦੋਂ ਮੈਂ ਦੇਖਿਆ ਕਿ ਇਹ ਸਾਰੇ ਜਿੰਨੇ ਵੀ ਫੰਕਸ਼ਨਸ ਜਾਂ ਜੋ ਵੀ ਇਹਦੇ ਸਕੂਲਸ 'ਚ ਹੁੰਦੇ ਆ ਫੰਕਸ਼ਨਸ, ਜਾਂ ਉਸ ਤੋਂ ਬਾਅਦ ਕਾਲਜ 'ਚ ਗਿਆ, ਅਤੇ ਇੰਨੇ ਅਵਾਰਡਸ ਲੈ ਰਿਹਾ, ਡਾਂਸ 'ਚ ਲੈ ਰਿਹਾ, ਡਿਬੇਟ 'ਚ ਲੈ ਰਿਹਾ, ਹਰ ਇੱਕ ਐਕਟਿੰਗ 'ਚ ਲੈ ਰਿਹਾ, ਫਿਰ ਮੈਂ ਸੋਚਿਆ ਨਹੀਂ ਉਹਦੀ ਖੁਆਇਸ਼ ਹੈ, ਅਤੇ ਹੁਣ ਉਹ ਟਾਈਮ ਆ ਗਿਆ ਹੈ ਕਿ ਮੈਨੂੰ ਜਿਹੜੀ ਮੇਰੀ ਵੀ ਦਿਲੀ ਇੱਛਾ ਹੈ ਕਿ ਮੈਂ ਫਿਲਮ ਇੱਕ ਡਾਇਰੈਕਟ ਕਰਾਂ, ਅਤੇ ਉਹ ਮੈਨੂੰ ਕਰਨੀ ਚਾਹੀਦੀ ਹੈ, ਔਰ ਮੈਂ ਬੜੇ ਦਿਲੋਂ ਇਹ ਫਿਲਮ ਬਣਾਈ ਹੈ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਮੈਂ ਹੁਣ ਉਹ ਫਿਲਮ ਨੂੰ ਦੇਖਦੀ ਹਾਂ, ਔਰ ਇੱਦਾਂ ਲੱਗਦਾ ਕਿ ਉਹ ਮੇਰਾ ਬੱਚਾ ਹੈ, ਫਿਲਮ ਮੇਰੇ ਬੱਚੇ ਦੀ, ਫਿਲਮ ਮੇਰਾ ਬੱਚਾ। ਸੋ ਇੱਕ ਬਹੁਤ ਹੀ ਅੱਛਾ ਇੱਕ ਫੀਲਿੰਗ ਆਉਂਦੀ ਹੈ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕ ਉਹਦੇ ਟ੍ਰੇਲਰ ਟੀਜ਼ਰ ਨੂੰ ਇੰਨਾ ਪਸੰਦ ਕੀਤਾ ਹੈ, ਔਰ ਗਾਣੇ ਲੋਕਾਂ ਦੀ ਜ਼ਬਾਨ 'ਤੇ ਚੜ ਰਹੇ ਨੇ, ਲੋਕ ਮੈਨੂੰ ਫੋਨ ਕਰ ਰਹੇ ਨੇ, ਇਹ ਕਿੰਨੀ ਖੁਸ਼ੀ ਹੈ, ਕਿਸੇ ਅਵਾਰਡ ਤੋਂ ਘੱਟ ਨਹੀਂ। ਭੱਲਾ ਸਰ, ਹੁਣ ਜਦੋਂ ਕੋਈ ਫਿਲਮ ਤੁਹਾਡੇ ਕੋਲ ਪਹੁੰਚਦੀ ਹੈ, ਇੰਨੀਆਂ ਸਾਰੀਆਂ ਫਿਲਮਾਂ ਕਰਨ ਤੋਂ ਬਾਅਦ, ਇੰਨੇ ਸਾਰੇ ਤੁਸੀਂ ਹਮੇਸ਼ਾ ਤੋਂ ਕਾਫੀ ਲੰਬੇ ਅਰਸੇ ਤੋਂ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਹੋਏ, ਤੁਹਾਨੂੰ ਹੁਣ ਬਹੁਤ ਆਸਾਨੀ ਦੇ ਨਾਲ ਜਦੋਂ ਕੋਈ ਆਉਂਦਾ ਹੋਣਾ ਪਹਿਲੇ ਦਿਨ ਮੀਟਿੰਗ ਲਈ, ਆਈ ਥਿੰਕ ਤੁਹਾਨੂੰ ਇੱਕ ਓਵਰਆਲ ਜਿਹਾ ਇੱਕ ਆਈਡੀਆ ਜਿਹਾ ਲੱਗ ਜਾਂਦਾ ਕਿ ਇਹ ਗੱਲ ਬਣਨੀ ਹੈ ਕਿ ਨਹੀਂ ਬਣਨੀ, ਜੋ ਮੈਨੂੰ ਨਰੇਟ ਕਰਨ ਆਏ ਆ, ਇਹ ਐਕਚੁਅਲ 'ਚ ਕੁਛ ਹੈਗਾ ਵੀ ਇਸ ਪ੍ਰੋਡਕਟ। ਜਦੋਂ ਤੁਹਾਡੇ ਕੋਲ ਇਹ ਵਾਲੀ ਫਿਲਮ ਲੈ ਕੇ ਮੈਮ ਆਏ, ਅਦਰ ਦੈਨ ਦ ਰੀਜ਼ਨ ਕਿ ਮੈਮ ਇਹਦੇ 'ਚ ਹੈਗੇ ਨੇ, ਉਹ ਡਾਇਰੈਕਟ ਕਰ ਰਹੇ ਨੇ, ਫਿਲਮ ਦੀ ਜਿਹੜੀ ਕਹਾਣੀ ਹੈ, ਸਕ੍ਰਿਪਟ, ਜੇ ਸਕ੍ਰਿਪਟ ਲੈਵਲ 'ਤੇ ਅਸੀਂ ਗੱਲ ਕਰੀਏ, ਉਹਦੇ 'ਚ ਕੀ ਬਹੁਤ ਵਧੀਆ ਅਤੇ ਬਹੁਤ ਯੂਨੀਕ ਲੱਗਾ ਸੀ ਕਿ ਆਹ ਫਿਲਮ ਆਪਾਂ ਕਰਨੀ ਹੈ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਸੀ ਕਿ ਜਦੋਂ ਉਪਾਸਨਾ ਜੀ ਨੇ ਕਿਹਾ, ਸਵਾਲ ਨਹੀਂ ਪੈਦਾ ਹੁੰਦਾ ਸੀ ਅਸੀਂ ਨਾ ਕਰਦੇ, ਹੋ ਨਹੀਂ ਸਕਦਾ। ਦੂਸਰੀ ਗੱਲ, ਰੋਲ ਬਾਰੇ ਇਸ ਕਰਕੇ ਕਿੱਦੂ ਪਰ ਤੂੰ ਨਹੀਂ ਕੀਤਾ, ਮੈਂ ਸੋਚਿਆ ਵੀ ਜੋ ਇਹਨਾਂ ਨੇ ਸਾਡੇ ਬਾਰੇ ਸੋਚਿਆ ਹੋਊਗਾ ਅੱਛਾ ਹੀ ਸੋਚਿਆ ਹੋਊਗਾ ਕੋਈ ਰੋਲ। ਰੋਲ ਵਾਕਈ ਇਹਦੇ ਵਿੱਚ ਮੇਰਾ ਜਿਹੜਾ ਇਹਨਾਂ ਨੇ ਸਿਲੈਕਟ ਕੀਤਾ ਸੀਗਾ, ਉਹ ਆਰਮੀ ਆਫਿਸਰ ਸੀ ਕੋਈ, ਕਰਨਲ ਸੀ, ਇੱਕ ਮੇਰਾ ਦੋਸਤ ਖਾਇਸ਼ਵਿੰਦਰ ਮਾਲ ਜੀ, ਉਹ ਮੇਜਰ ਸੀ, ਦੋਨਾਂ ਦੀ ਟਸਲ ਸੀ, ਫਰੈਂਡ ਵੀ ਸੀ, ਦੋਨਾਂ ਦੇ ਬੱਚੇ ਸੀ, ਪੂਰੀ ਸਟੋਰੀ ਦਾ ਮੈਂ ਹੁਣ ਦੱਸਾਂਗਾ ਨਹੀਂ, ਫਿਰ ਵੀ ਖਾਸੀ ਦੱਸਦੀ ਆ, ਮੈਨੂੰ ਪਤਾ ਨਹੀਂ ਤੁਸੀਂ ਰੋਕਣਾ ਸੀਗਾ। ਦੇਖੋ ਕਈ ਵਾਰੀ ਹੁੰਦਾ ਨਾ ਵੀ ਕੋਈ ਅੱਛਾ ਰਾਈਟਰ ਆਉਂਦਾ, ਪਿੰਡ ਦਾ ਘੁਆਰਿਆਂ ਤੋਂ ਪਤਾ ਲੱਗ ਜਾਂਦਾ, ਸੋ ਅੱਛਾ ਰਾਈਟਰ ਆ ਕੇ ਵਨ ਲਾਈਨ ਕਹਿੰਦੇ, ਉਹ ਜਿਹਾ ਸਟੋਰੀ ਦੀ ਵਨ ਲਾਈਨ ਕੀ ਆ, ਵਨ ਲਾਈਨ ਸੁਣਾ ਆਉਂਦੇ ਆ, ਜਿਹਨੂੰ ਪਤਾ ਖਾਸ ਕੁਛ ਨਹੀਂ ਹੁੰਦਾ ਉਹਨੂੰ ਕਹੀਆਂ ਤੂੰ ਵਨ ਲਾਈਨ ਦੱਸ ਸਟੋਰੀ ਦੀ ਕੀ ਆ, 1.5-2 ਘੰਟੇ ਗਾਹ ਪਾ ਕੇ ਬੈਠਾ ਰਹਿੰਦਾ, ਮੈਂ ਤੇਰੀ ਵਨ ਲਾਈਨ ਹੀ ਨਹੀਂ ਖਤਮ ਹੋਈ ਯਾਰ,
ਸੋ ਪਤਾ ਹੀ ਨਹੀਂ ਲੱਗਦਾ ਵੀ ਇਹਨੇ ਦੱਸਣਾ ਕੀ ਚਾਹੁੰਦਾ ਕੀ ਨਹੀਂ, ਫਿਰ ਉਹਨੂੰ ਪਤਾ ਲੱਗ ਜਾਂਦਾ ਯਾਰ ਇਹ ਤੇਲਾਂ 'ਚ ਤੇਲ ਹੈ ਨਹੀਂ ਬਹੁਤਾ। ਸੋ ਇਹਨਾਂ ਨੇ ਸਿੰਪਲ ਦੋ ਗੱਲਾਂ ਕੀਤੀਆਂ ਵੀ ਭਲਾ ਜੀ ਤੁਹਾਡੇ ਲਈ ਬਹੁਤ ਅੱਛਾ ਰੋਲ ਆ ਕਰਨਲ ਦਾ ਰੋਲ ਕਰਨਾ, ਆਰਮੀ ਆਫਿਸਰ ਦਾ ਬੇਟਾ ਤੁਹਾਡਾ ਦਿਖਾਇਆ ਫਿਲਮ ਦਾ ਹੀਰੋ, ਅਤੇ ਮੈਂ ਕਿਹਾ ਹੋਰ ਕੀ ਚਾਹੀਦਾ ਹੁਣ, ਪਿਓ ਪਿਓ ਚਾਚੇ ਵਾਲੀ ਰੋਲ ਮਿਲਣੇ ਆ। ਮੈਂ ਕਿਹਾ ਮੇਰੇ ਆਪੋਜ਼ਿਟ ਤਾਂ ਤੁਸੀਂ ਹੈਗੇ ਹੋ ਨਾ, ਚਿੰਤਾ ਨਾ ਕਰੋ ਮੈਂ ਤੁਹਾਡੇ ਇਕੱਲਿਆਂ ਦੇ ਨਹੀਂ, ਚਾਰ ਪੰਜ ਜਾਣਿਆਂ ਦੇ ਆਪੋਜ਼ਿਟ। ਕਾਫੀ ਸਾਰੇ ਰੀਜ਼ਨ ਸੀ ਫਿਰ ਇਸ ਫਿਲਮ ਦਾ ਹਿੱਸਾ ਬਣਨ ਦੇ ਲਈ ਤੁਹਾਡੇ ਕੋਲ। ਸੋ ਨਾਨਕ, ਤੁਹਾਨੂੰ ਪੁੱਛਣਾ ਚਾਹੂੰਗੀ, ਜਦੋਂ ਪਿਛਲੀ ਵਾਰੀ ਅਸੀਂ ਪਿਛਲੀ ਫਿਲਮ ਦੇ ਲਈ ਮਿਲੇ ਸੀ, ਉਸ ਟਾਈਮ 'ਤੇ ਇੱਕ ਨਵਾਂ ਫਰੈਸ਼ ਫੇਸ ਇੰਡਸਟਰੀ ਦੇ ਵਿੱਚ ਇੰਟਰੋਡਿਊਸ ਹੋਇਆ, ਹੁਣ ਦਿਸ ਇਜ਼ ਯੋਰ ਸੈਕਿੰਡ ਫਿਲਮ, ਹੌਲੀ ਹੌਲੀ ਤੁਹਾਨੂੰ ਲੱਗਦਾ ਪਿਆ ਕਿ ਟਾਈਮ ਦੇ ਨਾਲ ਹਾਊ ਇੰਡਸਟਰੀਜ਼ ਰਿਸਪੋਂਡਿੰਗ ਟੁਵਰਡਸ ਯੂ, ਉਹ ਵੀ ਚੇਂਜ ਹੋ ਰਿਹਾ, ਤੁਹਾਨੂੰ ਲੱਗ ਰਿਹਾ ਕਿ ਹੌਲੀ ਹੌਲੀ ਥਿੰਗਸ ਆਰ ਗੈਟਿੰਗ ਬੈਟਰ? ਹਾਂਜੀ ਬਿਲਕੁਲ, ਮੈਨੂੰ ਲੱਗਦਾ ਕਿ ਬੈਟਰ ਤਾਂ ਹੋ ਰਹੀਆਂ ਚੀਜ਼ਾਂ, ਪਰ ਮੈਨੂੰ ਇਹ ਵੀ ਲੱਗਦਾ ਕਿ ਜਦੋਂ ਆਪਾਂ ਇਹ ਫਿਲਮ ਸ਼ੂਟ ਕੀਤੀ ਸੀ, ਮੈਂ ਇਸ ਫਿਲਮ ਨੂੰ ਬਾਈ ਜੀ ਕੁੱਟਣਗੇ ਤੋਂ ਪਹਿਲਾਂ ਸ਼ੂਟ ਕੀਤੀ ਹੈ। ਓਕੇ, ਤੇ ਜੇ ਤੁਸੀਂ ਜਦੋਂ ਇਹ ਫਿਲਮ ਸ਼ੂਟ ਕੀਤੀ, ਓ ਵਾਓ, ਹਾਂਜੀ ਮੈਂ 16 ਸਾਲ ਦਾ ਸੀ, ਤੇ ਇਹ ਫਿਲਮ ਅਸਲ 'ਚ ਮੇਰੀ ਜਿਹੜੀ ਡੈਬਿਊ ਹੋਣ ਵਾਲੀ ਸੀ ਉਹ ਇਹ ਫਿਲਮ ਸੀਗੀ। ਤੇ ਇਹ ਰਿਲੀਜ਼ ਪੋਸਟ ਪ੍ਰੋਡਕਸ਼ਨ ਤੋਂ ਬਾਅਦ ਜਿਹੜੀ ਕਿ ਹੁਣ ਖਤਮ ਹੋਈ ਹੈ, ਇਸ ਕਰਕੇ ਹੁਣ ਹੋ ਰਹੀ ਹੈ ਰਿਲੀਜ਼, ਬਟ ਬਾਈ ਜੀ ਕੁੱਟਣਗੇ ਤੋਂ ਪਹਿਲਾਂ ਸ਼ੂਟ ਹੋਈ ਹੋਈ ਹੈ ਫਿਲਮ, ਇਸ ਕਰਕੇ ਤੁਸੀਂ ਦੇਖੋਗੇ ਮੈਂ ਇੱਕਦਮ ਛੋਟਾ ਜਿਹਾ, ਮੇਰੀ ਬੀਅਰਡ ਵੀ ਨਹੀਂ ਸੀ ਉਦੋਂ, ਇਸ ਕਰਕੇ ਸ਼ੂਟ ਹੋਈ ਹੈ ਕਿਉਂਕਿ ਰੱਖੀ ਨਹੀਂ ਹੈ ਬਾਜੀ। ਅੱਛਾ, ਉਸੇ ਲੁੱਕ 'ਚ ਹੈ, ਉਸੇ ਲੁੱਕ 'ਚ ਹੈ ਨਾ। ਓਕੇ, ਐਕਚੁਅਲੀ ਮੈਂ ਟ੍ਰੇਲਰ 'ਚ ਇਹ ਚੀਜ਼ ਨੋਟਿਸ ਕੀਤੀ, ਬਟ ਆਈ ਥੋਟ ਇਟਸ ਸਪੈਸ਼ਲੀ ਫੋਰ ਦਾ ਫਿਲਮ, ਮੇ ਬੀ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਹੋਰ ਯੰਗ, ਬਿਕੋਜ਼ ਕਾਲਜ ਗੋਇੰਗ ਬੱਚੇ ਦਿਖਾਇਆ, ਆਈ ਥੋਟ ਮੇ ਬੀ ਦੈਟਸ ਵਾਈ ਯੂ ਹੈਵ ਚੇਂਜਡ ਇਟ ਲਾਈਕ ਦੈਟ। ਹਾਂ, ਸਟੋਰੀ ਸੀ ਇਦਾਂ ਦੀ ਉਹ, ਹੈ ਨਾ, ਕਾਲਜ ਗੋਇੰਗ ਸੀਗੇ ਇਹ ਉਸ ਟਾਈਮ, ਉਹਦੀ ਏਜ ਹੀ ਉਹ ਸੀ ਜਿਹੜੀ ਮਤਲਬ ਜਦੋਂ ਨਵਾਂ ਨਵਾਂ ਬੱਚਾ ਕਾਲਜ 'ਚ ਜਾਂਦਾ ਤੇ ਸਬਜੈਕਟ ਹੀ ਉਹ ਸੀਗਾ, ਤੇ ਜਿਹੜੇ ਜਿੰਨੇ ਵੀ ਦੂਜੇ ਲੋਕੀ ਵੀ ਸੀਗੇ ਜਿੱਦਾਂ ਮੇਰੇ ਫਰੈਂਡਸ ਦਿਖਾਏ ਗਏ, ਉਹ ਵੀ ਸੇਮ ਏਜ ਕੈਟੇਗਰੀ ਤੋਂ ਲਿੱਤੇ ਗਏ। ਰਾਈਟ, ਉਪਾਸਨਾ ਮੈਂ ਇੱਥੇ ਇਹ ਗੱਲ ਕਹਿਣਾ ਚਾਹੂੰਗੀ, ਕਾਸਟਿੰਗ ਇਫ ਡਨ ਰਾਈਟ ਕਹਿੰਦੇ ਨੇ ਹਾਫ ਦ ਜੋਬ ਇਜ਼ ਡਨ, ਬਿਲਕੁਲ ਫਿਲਮ ਅੱਧੀ ਵਧੀਆ ਬਣ ਜਾਂਦੀ ਜੇ ਤੁਹਾਡੀ ਕਾਸਟਿੰਗ ਚੰਗੀ ਹੋ ਜਾਏ। ਐਂਡ ਜਿਵੇਂ ਨਾਨਕ ਤੇ ਹੈਗੇ ਫਿਲਮ ਦਾ ਹਿੱਸਾ, ਹੋਰ ਵੀ ਜਿਹੜੇ ਬਾਕੀ ਐਕਟਰਸ ਆ ਜਿਵੇਂ ਨਵੇਂ ਚਿਹਰਿਆਂ ਦੀ ਮੈਂ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ, ਉਹਨਾਂ ਨੂੰ ਲੱਭਣਾ ਔਰ ਟੂ ਫਾਈਂਡ ਦੈਟ ਕਰੈਕਟ ਪਰਸਨ ਕਿ ਹਾਂ ਇਹ ਫਿਲਮ ਨੂੰ ਲੋਕ ਇਹਨਾਂ ਨੂੰ ਵੀ ਦੇਖਣ ਆਉਣਗੇ, ਇਹਨਾਂ ਨੂੰ ਵੀ ਇੱਕ ਮੌਕਾ ਦੇਣਾ ਚਾਹੁੰਗੇ ਵੱਡੀ ਸਕਰੀਨ 'ਤੇ ਦੇਖਣ ਦੇ ਲਈ, ਉਹ ਕਿੱਦਾਂ ਤੁਸੀਂ ਫਾਈਂਡ ਆਊਟ ਕੀਤਾ ਕਿਉਂਕਿ ਦੀਜ਼ ਆਰ ਮਾਈ ਗਰਲਸ? ਯੰਗਸਟਰਸ ਦੀ ਫਿਲਮ ਸੀਗੀ ਅਤੇ ਫਿਰ ਮੈਂ ਆਈ ਚੰਡੀਗੜ੍ਹ ਔਰ ਮੈਂ ਚਾਹੁੰਦੀ ਸੀਗੀ ਕਿ ਮੈਂ ਨਵੇਂ ਬੱਚਿਆਂ ਨੂੰ ਚਾਂਸ ਦੇਵਾਂ। ਮੈਂ ਕਿਸੇ ਵੀ ਹੀਰੋਇਨ ਨੂੰ ਕਹਿੰਦੀ ਉਹ ਨਾਨਕ ਦੇ ਨਾਲ ਕੰਮ ਕਰਦਾ, ਪਰ ਨਾਨਕ ਦੀ ਏਜ ਗਰੁੱਪ ਦੇ ਹਿਸਾਬ ਨਾਲ ਹੀ ਲੜਕੀਆਂ ਮੈਂ ਲੈਣੀਆਂ ਸੀਗੀਆਂ ਔਰ ਮੈਂ ਚਾਹੁੰਦੀ ਸੀ ਕਿ ਫਰੈਸ਼ ਪੇਅਰਿੰਗ ਹੋਵੇ, ਐਸੇ ਲੋਕ ਜਿਨ੍ਹਾਂ ਨੂੰ ਚਾਂਸ ਮੈਂ ਦੇਵਾਂ ਜਿਹੜੇ ਟੈਲੈਂਟਿਡ ਹੋਣ, ਕਿਉਂਕਿ ਅਸੀਂ ਵੀ ਬੜੀ ਸਟਰਗਲ ਦੇਖੀ ਲਾਈਫ 'ਚ ਨਾ, ਅਤੇ ਮੈਂ ਚਾਹੁੰਦੀ ਹਾਂ ਕਿ ਜਿੰਨੇ ਵੀ ਲੋਕਾਂ ਨੂੰ, ਜਿੰਨੇ ਨਿਊ ਕਮਰਸ ਨੂੰ ਮੈਂ ਚਾਂਸ ਦੇ ਸਕਾਂ ਜਿਹੜੇ ਟੈਲੈਂਟਿਡ ਆ, ਉਹਨਾਂ ਨੂੰ ਓਨੀ ਸਟਰਗਲ ਨਾ ਕਰਨੀ ਪਵੇ ਜਿੰਨੀ ਸਾਨੂੰ ਕਰਨੀ ਪਈ ਸੀ। ਅਤੇ ਤੁਸੀਂ ਦੇਖੋਗੇ ਮੇਰੀ ਫਿਲਮ 'ਚ ਕਿ ਮੇਰੀਆਂ ਦੋਨੋਂ ਹੀਰੋਇਨਸ ਨਵੀਆਂ, ਅਤੇ ਸਵਾਤੀ ਸ਼ਰਮਾ ਔਰ ਹਰਨਾਜ਼ ਕੌਰ ਸੰਧੂ, ਖੈਰ ਹੁਣ ਤਾਂ ਮਿਸ ਯੂਨੀਵਰਸ ਬਣ ਗਏ ਪਰ ਉਦੋਂ ਤਾਂ ਬਿਲਕੁਲ ਹੀ ਨਵੇਂ ਸੀ। ਫਿਰ ਉਹ ਤੋਂ ਇਲਾਵਾ ਜਿਹੜੇ ਹੋਰ ਬੱਚੇ ਵੀ ਹੈ ਇਹਦੇ 'ਚ, ਮਾਨਿਕ ਹੈ ਜਾਂ ਸਿਮਰਨ ਹੈ ਔਰ ਹੋਰ ਵੀ ਬਹੁਤ ਸਾਰੇ ਬੱਚੇ ਹੈ, ਉਹ ਸਾਰੇ ਨਵੇਂ, ਉਹਨਾਂ ਨੇ ਫਸਟ ਟਾਈਮ ਕੈਮਰਾ ਫੇਸ ਕੀਤਾ, ਅਤੇ ਉਹਨਾਂ ਨੂੰ ਸਿਖਾਉਣਾ, ਪੂਰੀ ਐਕਟਿੰਗ ਦੀ ਟ੍ਰੇਨਿੰਗ ਦੇਣੀ ਜਾਂ ਕਿੱਦਾਂ, ਮੈਂ ਇੱਦਾਂ ਨਹੀਂ ਕੀਤਾ ਕਿ ਉਹ ਚਲੋ ਜੀ ਸੈੱਟ 'ਤੇ ਆ ਜਾਓ, ਮੈਂ ਆਹ ਡਾਇਲੋਗਸ ਹੈ ਜਿੱਦਾਂ ਸਾਡੇ ਪੰਜਾਬੀ ਫਿਲਮਾਂ 'ਚ ਤਕਰੀਬਨ ਹੁੰਦਾ ਕਿ ਆ ਲਓ ਜੀ ਸੀਨਸ ਲੈ ਲਓ, ਚਲੋ ਬੋਲ ਦਿਓ। ਇਹਨਾਂ ਨੂੰ ਮੈਂ ਪ੍ਰੋਪਰਲੀ ਟ੍ਰੇਨਡ ਕੀਤਾ ਪਹਿਲਾਂ, ਇਹਨਾਂ ਨੂੰ ਸਾਰੇ ਸੀਨਸ ਪਤਾ ਸੀ, ਇਹਨਾਂ ਕੋਲ ਸਕ੍ਰਿਪਟ ਸੀਗੀਆਂ ਪਹਿਲਾਂ, ਇਹਨਾਂ ਨੇ ਯਾਦ ਕੀਤੇ ਡਾਇਲੋਗ। ਹਾਂ ਬਿਲਕੁਲ ਬਿਲਕੁਲ, ਇਹ ਆਪਣੇ ਇਸ ਪਹਿਲਾਂ ਸਰ ਬਹੁਤ ਰੇਅਰ ਪੰਜਾਬੀ ਸਿਨੇਮਾ 'ਚ ਕਿਸੇ ਨਵੇਂ ਆਰਟਿਸਟ ਨੂੰ ਇੱਦਾਂ ਬਾਉਂਡ ਸਕ੍ਰਿਪਟ ਮਿਲਦੀ ਹੋਣੀ, ਆਈ ਥਿੰਕ ਇਟਸ ਵੈਰੀ ਵੈਰੀ ਰੇਅਰ। ਪਹਿਲਾਂ ਤਾਂ ਬਾਉਂਡ ਸੀ ਪਰ ਅਸੀਂ ਖੋਲ ਲੈਂਦੇ ਸੀ। ਉਹ ਪੱਲਾ ਸਰ, ਮੈਂ ਇਸ ਗੱਲ 'ਤੇ ਆਉਣਾ, ਐਕਚੁਅਲੀ ਮੇਰਾ ਅਗਲਾ ਸਵਾਲ ਇਹੀ ਸੀਗਾ, ਇਹਦੇ 'ਤੇ ਅਸੀਂ ਗੱਲ ਕਰਨੀ ਹੈ, ਪੱਲਾ ਸਰ ਦੀ ਇੰਪਰੋਵਾਈਜੇਸ਼ਨਸ ਔਰ ਔਨ ਦ ਸਪੋਟ ਜੋ ਪੂਰੀ ਚੀਜ਼ ਨੂੰ ਇੰਨਾ ਹੋਰ ਨਿਖਾਰ ਦਿੰਦੇ ਉਹ ਨੈਕਸਟ ਲੈਵਲ ਹੈ। ਮੈਂ ਆਪ ਐਕਸਪੀਰੀਅੰਸ ਕੀਤਾ ਇਸ ਕਰਕੇ ਮੈਨੂੰ ਪਤਾ ਉਹ ਕੀ ਇੱਕ ਮਾਮੂਲੀ ਜੇ ਸੀਨ ਨੂੰ ਵੀ 10x ਬੈਟਰ ਬਣਾ ਸਕਦੇ ਆ ਪੱਲਾ ਸਰ। 10 ਨਹੀਂ 100x, 100x ਐਗਜ਼ੈਕਟਲੀ, ਬਿਲਕੁਲ ਐਗਜ਼ੈਕਟਲੀ। ਸੀਰੀਅਲ ਸੀ ਕੀ ਬਣੂ ਪੂਨੀਆ ਦਾ, ਉਹਦੇ 'ਚ ਮੇਰੀ ਨੌਂ ਬਣੀ ਸੀ। ਓ, ਤੇ ਪਹਿਲਾ ਸੀਰੀਅਲ ਸੀ ਜਿਹੜਾ ਇਹਨਾਂ ਨੇ ਕੀਤਾ ਸੀਗਾ, ਬਹੁਤ ਅੱਛਾ ਰੋਲ ਕੀਤਾ ਸੀਗਾ। ਤੇ ਮੈਂ ਉਹਨਾਂ ਨੂੰ ਇਹੀ ਪੁੱਛਿਆ ਆਉਂਦਿਆਂ ਨੂੰ ਵੀ ਤੁਸੀਂ ਹੁਣ ਮੂਵੀ ਕੋਈ ਕਰ ਰਹੇ ਹੋ ਕਿ ਨਹੀਂ, ਕਹਿੰਦੀ ਮੈਂ ਜਾ ਰਹੀ ਹਾਂ UK ਸ਼ੂਟ ਕਰਨ। ਸੋ ਡੈਫੀਨੇਟਲੀ ਤੁਸੀਂ ਐਂਕਰ ਤਾਂ ਦੇਖੇ ਹੀ ਆ ਕਿੱਡੇ ਸੋਹਣੇ ਨੇ, ਤੇ ਬਾਕੀ ਮੈਨੂੰ ਉਮੀਦ ਆ ਉਹਨਾਂ 'ਚ ਵੀ ਤੁਸੀਂ ਚਾਰ ਚੰਦ ਲਾਓਗੇ। ਪੱਲਾ ਸਰ ਹਮੇਸ਼ਾ ਮੈਨੂੰ ਬਹੁਤ ਜ਼ਿਆਦਾ, ਬਹੁਤ ਇਮੈਂਸ ਜਿਹਨੂੰ ਕਹਿੰਦੇ ਆ, ਇੰਨਾ ਸਪੋਰਟ ਕਰਦੇ, ਆਈ ਡੋਂਟ ਨੋ ਔਰ ਮੈਨੂੰ ਕਦੀ ਵੀ ਇੰਨੀ ਸਪੋਰਟ ਕਿਤੋਂ ਮਿਲੀ ਹੋਏਗੀ, ਬਟ ਹੀ ਹੈਜ਼ ਆਲਵੇਜ਼ ਸਪੋਰਟਡ ਮੀ ਸੋ ਮੱਚ। ਐਂਡ ਸੀਨੀਅਰ ਐਕਟਰਸ ਲਾਈਕ ਯੂ, ਵੈਨ ਦੇ ਸਪੋਰਟ ਨਿਊ ਫੇਸਿਸ ਔਰ ਨਿਊ ਪੀਪਲ, ਇਹ ਦਿਸ ਇਜ਼ ਨੋਟ ਵੈਰੀ ਐਵਰੀਡੇ ਥਿੰਗ, ਇਸ ਹਰ ਰੋਜ਼ ਨਹੀਂ ਹੁੰਦਾ ਔਰ ਹਰ ਕਿਤੇ ਨਹੀਂ ਹੁੰਦਾ, ਇਹਦੇ ਲਈ ਬਹੁਤ ਸਿਕਿਓਰ ਪਲੇਸ ਚਾਹੀਦੀ ਹੈ। ਯੂ ਆਰ ਵੈਰੀ ਸਿਕਿਓਰ ਪੀਪਲ, ਵੈਰੀ ਸਿਕਿਓਰ ਐਕਟਰ, ਵੈਰੀ ਸਿਕਿਓਰ ਹਿਊਮਨ ਬੀਇੰਗਸ, ਕਿ ਤੁਸੀਂ ਨਵੇਂ ਚਿਹਰਿਆਂ ਨੂੰ ਲਾਂਚ ਕਰਦੇ ਹੋ ਔਰ ਇਹਨਾਂ ਨੂੰ ਮੌਕਾ ਦਿੰਦੇ।
दो चीज़ों का ध्यान रखा, दो जवान सोहने सोहने चेहरे लै ले, दो सोहने सोहने बुढ़े लै ले, द परफेक्ट बैलेंस, एक शिवेंद्र लै लिया, एक मैनू लै लिया, होर कितनी लोड़ सी इन्हां नूं। बहुत बहुत प्यारे कपल्स है, बहुत सोहनी फिल्म है, एक नवी फ्रैशनेस है तुहानू जदों तुसी कॉलेज गोइंग बच्चियां दी कहानियां देखोगे जिहड़ी नहीं बनदियां पईयां साडी पंजाबी फिल्म इंडस्ट्री च, तुहानू मज़ा आएगा। और खैर जिहड़े मेरे सीनियर जिहड़े एक्टर्स ने जिदां भल्ला जी, मैं नहीं है मतलब मैं छोटा छोटा हुंदा नहीं जदों इहनां फिल्मां देखदा सी। ਭੱਲਾ ਜੀ ਜੱਚਦੇ ਆ ਬਹੁਤ, ਇਹ ਤਾਂ ਏਡੇ ਫਿਲਮ ਦੇ ਵਿੱਚ ਫਲਰਟ ਕਰਦੇ ਸੀ ਨਾ ਸਾਡੇ ਨਾਲ। दसो मैं एडा आर्मी का स्ट्रिक्ट बंदा फिल्म के बच्चे सारा डिसिपलिन सिखाना भी गलत काम कोई नहीं करना, मेरे मगर आ लाते और आंदा नहीं, पहले डायलॉग बोलिया मुंडे पुछ रहे ये तुहाडे डैडी आ, ही सो फिट, फिर मेरे वर्गा भी चांबल के पुछ लैंदा ये ते तुहाडे ब्रदर लगदे आ, फिर मेरे वर्गा पुछदा छोटे कि वड्डे, इन्ना छोटा बन जाता पुत तो भी छोटा हो जाता। लवली केमिस्ट्री। ਪੱਲਾ ਸਰ ਤੁਹਾਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹੂੰਗੀ, ਜਿੱਦਾਂ ਪਿੱਛੇ ਜੇ ਨਾ ਸਾਡੇ ਇੰਡਸਟਰੀ ਦੇ ਵਿੱਚ ਨਾ ਇਹ ਲਹਿਰ ਕਹਿ ਲਓ ਜਾਂ ਕੁਐਸਚਨ ਦੇ ਵਿੱਚ ਇੰਟਰਵਿਊਜ਼ ਦੇ ਵਿੱਚ ਇਹ ਬਹੁਤ ਉਹ ਚੱਲਣ ਲੱਗ ਗਿਆ ਸੀ ਕਿ ਕੁਛ ਨਵਾਂ ਨਹੀਂ ਕਰਦੇ, ਕੁਛ ਨਵਾਂ ਨਹੀਂ ਕਰਦੇ, ਪਰ ਸਮੀਪ ਸਰ ਦੀ ਇੱਕ ਗੱਲ ਯਾਦ ਆ ਰਹੀ ਇੱਥੇ, ਉਹ ਕਹਿੰਦੇ ਆ ਵੀ ਜਿਹਦੀ ਜਿਹੜੀ ਚੀਜ਼ ਵਿਕਦੀ ਹੋ ਤਾਂ ਉਹੀ ਬਣਾਊਗਾ। ਔਰ ਆਪਣੇ ਪੰਜਾਬੀ ਇੰਡਸਟਰੀ 'ਚ ਅਨਡਾਊਟਡਲੀ ਕਾਮੇਡੀ ਤਾਂ ਵਿਕਦੀ ਹੈ ਔਰ ਹਰ ਦਿਨ ਵਿਕੇਗੀ ਔਰ ਵਿਕਦੀ ਰਹੇਗੀ, ਇਹ ਗੱਲ ਮਤਲਬ ਇਹਦੇ 'ਤੇ ਕੋਈ ਉਹ ਤਰਕ ਵਿਤਰਕ ਨਹੀਂ ਹੈ, ਵਿਕਦੀ ਹੈ ਅਤੇ ਬਣਾਉਂਦੇ ਹਾਂ, ਹੈ ਨਾ। ਇਹਦੇ 'ਤੇ ਤੁਹਾਡਾ ਕੀ ਟੇਕ ਹੈ, ਮੈਂ ਤੁਹਾਡੇ ਦੋਨਾਂ ਤੋਂ ਜਾਣਨਾ ਚਾਹੂੰਗੀ, ਬਿਕੋਜ਼ ਯੂ ਹੈਵ ਸੀਨ ਅਪਸ ਐਂਡ ਡਾਊਨ, ਸਾਰਾ ਕੁਛ ਤੁਸੀਂ ਇੰਡਸਟਰੀ ਨੂੰ ਇਨ ਐਂਡ ਆਊਟ ਦੇਖਿਆ, ਪਹਿਲਾਂ ਸਰ ਤੁਹਾਡਾ ਕੀ ਕਹਿਣਾ ਇਹਦੇ 'ਤੇ? ਮੇਰਾ ਤਾਂ ਕਹਿਣਾ ਇਹੀ ਆ ਜੀ ਵੀ ਰੱਜਿਆ ਪੁੱਜਿਆ ਤਾਂ ਰਿਸਕ ਲੈ ਸਕਦਾ, ਨਵਾਂ ਸਬਜੈਕਟ ਲੈ ਕੇ, ਜਿਹੜੇ ਹਜੇ ਭੁੱਖੇ ਨੇ ਸਾਡੇ ਵਰਗੇ, ਨਹੀਂ ਵੀ ਕਾਮੇਡੀ ਠੀਕ ਹੈ ਸਾਡੇ ਲਈ ਨਹੀਂ, ਪਰ ਤਜਰਬਾ ਕਰ ਰਹੇ ਹਾਂ, ਕੀਤਾ ਵੀ ਆ। ਇੱਕ ਮੇਰੀ ਆਉਣ ਵਾਲੀ ਫਿਲਮ ਹੈ ਜਿਹਦਾ ਨਾਂ ਹੈ ਉਡੀਕਾਂ ਤੇਰੀਆਂ, ਜੀ ਜੀ ਜੀ, ਉਹ ਸੀਰੀਅਸ, ਹਾਂ ਸੀਰੀਅਸ ਮੂਵੀ ਆ, ਅਤੇ ਉਹ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ, ਇਹ ਫਿਲਮ ਤਾਂ ਦੇਖਣੀ ਦੇਖਣੀ ਆ। ਉਹ ਫਿਲਮ ਇਸ ਤੋਂ ਬਾਅਦ ਆ ਰਹੀ ਆ 21 April ਨੂੰ, ਉਹ ਜ਼ਰੂਰ ਦੇਖਿਓ, ਉਹਦੇ ਵਿੱਚ ਮੇਰਾ ਤੁਹਾਨੂੰ ਡਿਫਰੈਂਟ ਰੋਲ ਦੇਖਣ ਨੂੰ ਮਿਲੂਗਾ। ਓਕੇ, ਅ ਸੀਰੀਅਸ ਰੋਲ। ਉਪਾਸਨਾ ਮੈਮ, ਮੈਨੂੰ ਹਮੇਸ਼ਾ ਕਾਮੇਡੀ ਕਰਨਾ ਪਸੰਦ ਹੈ, ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਇੰਨੇ ਪ੍ਰੈਸ਼ਰਸ 'ਚ ਰਹਿੰਦੇ ਹਰ ਕੋਈ, ਚਾਹੇ ਦੁਨੀਆ ਦਾ ਕੋਈ ਬੰਦਾ ਹੈ, ਉਹ ਕਹਿੰਦਾ ਵੀ ਮੈਨੂੰ ਕੋਈ ਇੱਦਾਂ ਨਹੀਂ ਕਹੂਗਾ ਕਿ ਮੈਂ ਤਾਂ ਬਿਲਕੁਲ ਕੋਈ ਟੈਨਸ਼ਨ ਹੀ ਨਹੀਂ ਹੈ, ਹੈ ਨਾ। ਅਤੇ ਇੱਕ ਟੈਂਸ ਬੰਦੇ ਨੂੰ ਅਸੀਂ ਹੋਰ ਦੁੱਖ ਦਿਖਾਈਏ, ਨਹੀਂ ਇਹ ਦੇਖੀਓ ਉਡੀਕਾਂ ਤੇਰੀਆਂ, ਇਹਨਾਂ ਨੇ ਮੇਰੇ ਕਿਤੇ ਪ੍ਰਮੋਸ਼ਨ ਛੱਡ ਕੇ ਨਾ ਚਲੇ ਜਾਣ, ਹਾਂ ਇੱਦਾਂ ਨਹੀਂ ਉਡੀਕਾਂ ਤੇਰੀਆਂ ਦੀ ਉਡੀਕ ਕਰੀਓ। ਅਤੇ ਕਿ ਮੈਂ ਪਰਸਨਲੀ ਇਹ ਫੀਲ ਕਰਦੀ ਹਾਂ ਕਿ ਕੁਛ ਐਸਾ ਹੋਵੇ ਕਿ ਲੋਕ ਇੰਜੋਏ ਕਰਨ, ਹੱਸਣ, ਉਹਨਾਂ ਨੂੰ ਐਂਟਰਟੇਨਮੈਂਟ ਮਿਲੇ, ਔਰ ਜਦੋਂ ਉੱਥੋਂ ਥੀਏਟਰ 'ਚੋਂ ਬਾਹਰ ਨਿਕਲਣ ਨਾ, ਉਹ ਹੱਸਦੇ ਹੋਏ ਨਿਕਲਣ, ਉਹ ਰੋਂਦੇ ਹੋਏ ਜਾਂ ਟੈਂਸ, ਔਰ ਘਰ ਜਾ ਕੇ ਉਹਨਾਂ ਨੂੰ ਨੀਂਦ ਨਾ ਆਵੇ ਜਾਂ ਕੁਛ, ਉਹ ਆਪਣੇ ਜਿੱਦਾਂ ਕਹਿੰਦੇ ਨਾ ਕਿ ਕੋਈ ਪਿਆਰ ਕਰੇ ਉਹਦਾ ਜਦੋਂ ਇਸ਼ਕ ਟੁੱਟਦਾ ਤਾਂ ਉਹਨੂੰ ਨਾ ਉਹ ਇੱਦਾਂ ਦੇ ਗਾਣੇ ਲਾ ਲੂਗਾ ਦੁੱਖ ਟਾਈਪ, ਔਰ ਫਿਰ ਹੋਰ ਰੋਊਗਾ। ਅਤੇ ਇਹਦੀ ਕੀ ਲੋੜ ਹੈ, ਮਤਲਬ ਜ਼ਿੰਦਗੀ ਹੈ, ਇਹਨੂੰ ਜੀਓ, ਇਹਨੂੰ ਇੰਜੋਏ ਕਰੋ। ਇਸ ਕਰਕੇ ਇਹ ਫਿਲਮ 'ਚ ਲਵ ਹੈ, ਇਸ ਫਿਲਮ 'ਚ ਪੂਰੀ ਤਰ੍ਹਾਂ ਰੋਮੈਂਟਿਕ ਗਾਣੇ ਔਰ ਪੂਰਾ ਡਾਂਸ ਵਾਂਸ, ਉਹਦੇ ਇਲਾਵਾ ਇਹਦੇ 'ਚ ਇੱਕ ਕਾਮੇਡੀ ਹੈ ਜਿਹਨੂੰ ਕਿ ਬਹੁਤ ਅਸੀਂ ਇੰਪੋਰਟੈਂਸ ਦਿੰਦੇ ਹਾਂ, ਯੂਥ ਓਰੀਐਂਟਿਡ ਮੂਵੀ ਹੈ ਜੀ। ਅਤੇ ਮੈਂ ਮੇਰੇ ਖੁਦ ਪਰਸਨਲੀ ਮੈਂ ਇੱਦਾਂ ਫੀਲ ਕਰਦੀ ਹਾਂ ਕਿ ਅਸੀਂ ਜੇ ਫਿਲਮਾਂ ਬਣਾਈਏ ਤਾਂ ਉਹਨੂੰ ਲੋਕਾਂ ਨੂੰ ਐਂਟਰਟੇਨ ਕਰਨ ਲਈ ਔਰ ਹਸਾਉਣ ਲਈ ਬਣਾਉਣਾ ਚਾਹੀਦਾ ਹੈ। ਡੈਫੀਨੇਟਲੀ। ਸੋ ਔਨ ਦੈਟ ਨੋਟ, ਥੈਂਕ ਯੂ ਸੋ ਮੱਚ, ਕਿਉਂਕਿ ਹੁਣ ਸਾਡੇ ਨਾਲ ਜਿਹੜੇ ਦੋ ਗੈਸਟ ਨੇ ਉਹ ਇੱਥੋਂ ਜਾ ਰਹੇ ਨੇ ਇਸ ਸੈਗਮੈਂਟ ਤੋਂ, ਬਟ ਆਲ ਦ ਵੈਰੀ ਬੈਸਟ ਫੋਰ ਦਿਸ ਫਿਲਮ ਨਾਨਕ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੋਂ। ਆਈ ਵਿਸ਼ ਕਿ ਪੰਜਾਬੀ ਇੰਡਸਟਰੀ ਦਾ ਨਵਾਂ ਚਿਹਰਾ ਜਿਹੜਾ ਹੀਰੋ ਬਣਨ ਦਾ ਤੁਹਾਡਾ ਸੁਪਨਾ ਸੀ ਉਹ ਵੱਡੇ ਪਰਦੇ 'ਤੇ ਹੁਣ ਜਦੋਂ ਵੀ ਅਸੀਂ ਜਾਈਏ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਦੇਖ ਕੇ, ਹੋਰ ਵੀ ਖੁਸ਼ੀ ਹੋਏ ਹਰ ਇੱਕ ਨਵੇਂ ਪ੍ਰੋਜੈਕਟ ਦੇ ਨਾਲ। ਆਈ ਵਿਸ਼ ਯੂ ਆਲ ਦ ਵੈਰੀ ਬੈਸਟ। ਥੈਂਕ ਯੂ ਐਂਡ ਉਪਾਸਨਾ ਮੈਮ, ਥੈਂਕ ਯੂ ਸੋ ਮੱਚ ਐਂਡ ਆਲ ਦ ਵੈਰੀ ਬੈਸਟ। ਪੰਜਾਬੀ ਇੰਡਸਟਰੀ ਦੇ ਜਿਹਨਾਂ ਪਿੱਲਰਸ ਦੀ ਮੈਂ ਗੱਲ ਕਰ ਰਹੀ ਸੀ, ਆਈ ਐਮ ਸੋ ਹੈਪੀ ਕਿ ਉਹ ਇੱਧਰ ਬੈਠੇ ਨੇ ਹੁਣ, ਜਿਵੇਂ ਮੈਂ ਕਿਹਾ ਸੀ ਛੋਟਾ ਜਿਹਾ ਸਰਪ੍ਰਾਈਜ਼ ਹੈ ਤੁਹਾਡੇ ਲਈ। ਇੱਧਰ ਹੈ ਜੀ ਹੁਣ ਸਾਡੇ ਭੱਲਾ ਜੀ ਦੇ ਨਾਲ ਆ ਕੇ ਜੁੜ ਗਏ ਨੇ ਸ਼ਵਿੰਦਰ ਮਾਹਲ ਜੀ ਐਂਡ ਹਾਰਵੀ ਸੰਘਾ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਵਾਂ ਦਾ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਜਿਵੇਂ ਕਿ ਅਸੀਂ ਸਰ ਪਹਿਲੇ ਨਾਲ ਗੱਲ ਕਰ ਰਹੇ ਸੀ ਭੱਲਾ ਸਰ ਦੇ ਨਾਲ, ਇੰਡਸਟਰੀ ਦੇ ਜਿਵੇਂ ਹੌਲੀ ਹੌਲੀ ਕਰਕੇ ਡਾਇਨਾਮਿਕਸ ਚੇਂਜ ਹੋ ਰਹੇ ਨੇ, ਚੋਇਸਿਸ ਚੇਂਜ ਹੋ ਰਹੀਆਂ ਨੇ, ਹੁਣ ਸਰ ਜਦੋਂ ਤੁਹਾਡੇ ਕੋਲ ਕੋਈ ਫਿਲਮ ਆਉਂਦੀ ਹੈ ਤੁਹਾਡੀ ਫਸਟ ਇੰਸਟਿੰਕਟ ਕੀ ਹੁੰਦੀ ਹੈ, ਜੇ ਤੁਸੀਂ ਉਹਨੂੰ ਹਾਂ ਕਰਨਾ ਹੈ ਤੁਸੀਂ ਕੀ ਦੇਖਦੇ ਹੋ ਸਭ ਤੋਂ ਪਹਿਲਾਂ ਜਦੋਂ ਇੱਕ ਸਕ੍ਰਿਪਟ ਤੁਹਾਨੂੰ ਆਫਰ ਹੁੰਦੀ ਹੈ ਕਿ ਸਰ ਅਸੀਂ ਚਾਹੁੰਦੇ ਹਾਂ ਤੁਸੀਂ ਇਸ ਫਿਲਮ ਦਾ ਹਿੱਸਾ ਬਣੋ? ਮੈਂ ਸਭ ਤੋਂ ਪਹਿਲਾਂ ਹਮ ਨੂੰ
ਜਿਹਨੂੰ ਕਹਿੰਦੇ ਵੀ ਰੋਲ ਕੀ ਹੈ, ਬਣਾ ਕੌਣ ਰਿਹਾ ਹੈ, ਡਾਇਰੈਕਟਰ ਕੌਣ ਹੈ ਔਰ ਕੋ ਆਰਟਿਸਟ ਕੌਣ ਨੇ, ਨੈਚੁਰਲੀ ਕੁਛ ਪ੍ਰੋਡਕਟ ਕੀ ਹੈ, ਬਣਾ ਮੇਕਰ ਕੌਣ ਹੈ, ਕਿਉਂਕਿ ਸਾਡੇ ਕੁਛ ਇਸ ਤਰ੍ਹਾਂ ਦੇ ਵੀ ਆ ਜਾਂਦੇ ਨੇ, ਫਿਲਮਾਂ ਅਸੀਂ ਬਣਾ ਲੈਂਦੇ ਹਾਂ, ਕਰ ਲੈਂਦੇ ਹਾਂ, ਬਾਅਦ 'ਚ ਪਤਾ ਲੱਗਦਾ ਉਹ ਫਿਲਮ ਬੰਦ ਹੀ ਹੋ ਗਈ, ਰਿਲੀਜ਼ ਹੀ ਨਹੀਂ ਹੋ ਰਹੀ, ਕਿਉਂਕਿ ਕੁਛ ਬਹੁਤ ਸਾਰੀਆਂ ਪ੍ਰੋਬਲਮਸ ਹੈ ਜਿਹੜੀਆਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਹੀ ਔਰ ਇਹ ਵਕਤ ਦੇ ਨਾਲ ਹੀ ਆਉਂਦੀਆਂ। ਸੋ ਮੇਰੀ ਨਜ਼ਰ ਤਾਂ ਇਹ ਹੈ ਕਿ ਫਸਟ ਤੁਸੀਂ ਲੋਕ ਕੀ ਜਾਂਦੇ ਹਾਂ ਵੀ ਪੈਸਾ ਵੀ ਹੈ, ਪੈਸਾ ਤਾਂ ਚਾਹੀਦਾ ਹੈ, ਉਹ ਤਾਂ ਕਹਾਵਤ ਹੈ ਕਿ ਅਗਰ ਘੋੜਾ ਘਾਸ ਸੇ ਦੋਸਤੀ ਕਰੇਗਾ ਖਾਏਗਾ ਕਿਆ, ਲੇਕਿਨ ਉਹ ਵੀ ਚਾਹੀਦਾ ਔਰ ਦੂਸਰਾ ਰੋਲ ਜ਼ਰੂਰ ਚਾਹੀਦਾ ਸਭ ਤੋਂ ਪਹਿਲਾਂ ਕਿ ਤੁਸੀਂ ਕਰ ਕੀ ਰਹੇ ਹੋ। ਤੁਹਾਡਾ ਕੀ ਪ੍ਰੋਸੈਸ ਹੈ ਕਿਸੇ ਫਿਲਮ ਨੂੰ ਹਾਂ ਕਹਿਣ ਦਾ, ਇਹ ਕੀ ਦੇਖਦੇ ਹੋ ਸਕ੍ਰਿਪਟ ਦੇ ਵਿੱਚ? ਬਸ ਮੈਂ ਪਹਿਲਾਂ ਦੇਖ ਦਿੰਦਾ ਵੀ ਇਹਦਾ ਇਹਦੇ ਵਿੱਚ ਕੌਣ ਕੌਣ ਕੰਮ ਕਰ ਰਿਹਾ, ਠੀਕ ਹੈ ਜੀ, ਫਿਰ ਮੈਂ ਦੇਖ ਦਿੰਦਾ ਵੀ ਡਾਇਰੈਕਟਰ ਕੌਣ। ਠੀਕ ਹੈ, ਬਸ ਜੇ ਦੋਨੇ ਹੀ ਚੰਗੇ ਹੋਏ ਨਾ ਫਿਰ ਆਪਾਂ ਹਾਂ ਕਰਦੇ ਵੀ ਦੱਸੋ ਬਈ ਕੀ ਹਿਸਾਬ ਕਿਤਾਬ ਆ, ਠੀਕ ਅਤੇ ਮੇਰਾ ਕੀ ਰੋਲ ਆ, ਹੈ ਨਾ ਵੀ ਮੈਂ ਇਹ ਜੀ ਨਾਲ ਦੇ ਐਕਟਰਾਂ ਤੋਂ ਜੱਜ ਕਰ ਲੈਂਦਾ ਵੀ ਕਿਹੜੇ ਕਿਹੜੇ ਲਏ ਨੇ ਵੀ ਕਿੰਨੇ ਕੁ ਪੈਸੇ ਦੇਣ ਜੋਗੇ ਨੇ। ਦੇਖੋ ਮੈਂ ਇਸ ਜੋਗਾ ਨਹੀਂ ਅਜੇ ਹੋਇਆ ਵੀ ਮੈਨੂੰ ਕੰਮ ਮਿਲਦਾ, ਚੰਗੀ ਸਟਾਰਕਾਸਟ ਹੁੰਦੀ ਆ ਅਤੇ ਮੇਰੇ ਤੁਹਾਨੂੰ ਪਤਾ ਹੀ ਹੈ ਜੇ ਮੈਨੂੰ ਫਨੀ ਕਰੈਕਟਰ ਮਿਲਦੇ ਆ ਜਾਂ ਜੇ ਮੈਂ ਭਾਅ ਜੀ ਉਹਨਾਂ ਨਾਲ ਕੀਤੀ ਕੈਰੀ ਔਨ ਜੱਟਾ ਉੱਥੋਂ ਮੇਰਾ ਕੈਰੀਅਰ ਬਣਿਆ ਨਾ, ਅਤੇ ਫਿਰ ਮੈਂ ਨੋਟੀ ਜੈਟਸ ਕੀਤੀ ਮੈਂ ਭਿਖਾਰੀ ਬਣਿਆ ਸੀ ਬੜਾ ਵਧੀਆ, ਅਤੇ ਫਿਰ ਮੈਂ ਜੀਜੇ ਦਾ ਰੋਲ ਕੀਤਾ ਸੀ ਗਿੱਪੀ ਬਾਈ ਦੀ ਫਿਲਮ ਔਰ ਮੰਜੇ ਬਿਸਤਰੇ, ਹੈ ਨਾ, ਅਤੇ ਮੈਨੂੰ ਹੋਰ ਕੀ ਚਾਹੀਦਾ ਸਿੱਧਾ ਭਿਖਾਰੀ ਤੋਂ ਭਣੋਈਆ ਬਣਾ ਲਿਆ ਡਾਇਰੈਕਟਰ ਦੀ ਇਹ ਹੁੰਦਾ ਬਈ ਯਾਰ ਸੰਗੇ ਤੋਂ ਹੀ ਕਰਾਉਣਾ ਕੀ ਆ, ਫਿਰ ਭਾਅ ਜੀ ਮੈਨੂੰ ਆਪ ਹੀ ਦੇ ਦਿੰਦੇ ਵੀ ਨਹੀਂ ਯਾਰ ਸੰਗੇ ਉਦਾਂ ਨਾ ਯਾਰ ਤੂੰ ਕਰ, ਤੂੰ ਤੇਰਾ ਸਟਾਈਲ ਆ ਤੂੰ ਉਦਾਂ ਬੋਲਿਆ। ਦੋਸਤਾਂ ਨੂੰ ਕੋਈ ਖੁਸ਼ੀ ਮਿਲਦੀ ਆ ਜਿਹੜਾ ਵੀ ਕੰਮ ਕਰਦੇ ਆ ਉਹਨਾਂ ਨੂੰ ਅਚੀਵ ਕਰ ਲੈਂਦੇ ਆ, ਹੈ ਨਾ, ਫਿਰ ਉਹ ਨਾਲ ਦੇ ਕਹਿੰਦਾ ਯਾਰ ਤੁਹਾਡੀਆਂ ਤਾਂ ਪੌਂ ਬਾਰਾ, ਹੈ ਨਾ। ਸੋ ਇਸ ਕਰਕੇ ਸਾਨੂੰ ਤਿੰਨਾਂ ਨੂੰ ਇਹਦੇ ਵਿੱਚ ਜਿਹੜੇ ਰੋਲ ਮਿਲੇ ਨੇ ਬੜੇ ਵਧੀਆ ਮਿਲੇ, ਅਸੀਂ ਤਿੰਨੋਂ ਆਪਸ ਵਿੱਚ ਇੱਕ ਚੌਥਾ ਵੀ ਆ ਬੰਦਾ, ਅਸੀਂ ਸਾਡੂ ਹਾਂ, ਇਸ ਕਰਕੇ ਕਿ ਇੱਕੋ ਕੁੜੀ ਸਾਡੇ ਨਾਲ ਫਲਰਟ ਕਰਦੀ ਹੈ, ਇਸ ਕਰਕੇ ਸਾਡੂ ਵਾਲਾ ਰਿਲੇਸ਼ਨ ਆ। ਉਪਾਸਨਾ ਜੀ, ਉਪਾਸਨਾ ਜੀ ਜਿਹੜੇ ਹੁਣੇ ਹੁਣੇ ਇੱਥੋਂ ਉੱਠ ਕੇ ਗਏ ਨੇ ਜੀ, ਹਾਂ। ਸੋ ਉਹ ਐਸਾ ਇੱਕ ਕਿਰਦਾਰ ਆ, ਮਾਲ ਸਾਹਿਬ ਇਹਦੇ ਵਿੱਚ ਮੇਜਰ ਬਣੇ ਨੇ ਆਰਮੀ ਦੇ ਰਿਟਾਇਰਡ ਔਰ ਮੈਂ ਕਰਨਲ ਬਣਿਆ, ਦੱਸਿਆ ਸੀ ਤੁਹਾਨੂੰ ਬਈ ਆਪਸ ਵਿੱਚ ਦੋਸਤ ਵੀ ਹਾਂ, ਖੁੰਦਕ ਵੀ ਆ, ਬੱਚੇ ਵੀ ਸਾਡੇ ਨੇ। ਸੋ ਇੱਕ ਤੀਜਾ ਭਰਾ ਨਾਲ ਹੁੰਦਾ, ਚੌਥੇ ਸੁਲਤੰਤਰ ਭਾਅ ਜੀ ਨੇ ਸਾਡੇ ਹਿੰਦੀ ਫਿਲਮਾਂ ਵਾਲੇ ਬਾਲੀਵੁੱਡ ਵਾਲੇ ਬੜੇ ਅੱਛੇ ਇਨਸਾਨ ਵੀ ਨੇ, ਪਰ ਮੈਂ ਸਾਰਾ ਨਹੀਂ ਦੱਸਿਆ, ਨਹੀਂ ਰਿਲੇਸ਼ਨ ਨਾ ਹੀ ਦੱਸੇ, ਰਿਲੇਸ਼ਨ ਦੱਸਿਆ ਸਾਨੂੰ, ਨਹੀਂ ਚਿੰਤਾ ਨਾ ਕਰੋ, ਨਹੀਂ ਨਹੀਂ ਹਲੇ ਕੁਝ ਸਾਡੇ ਅਜੇ ਕੁਝ ਨਹੀਂ ਦੱਸਿਆ, ਕੁਝ ਨਹੀਂ ਦੱਸਿਆ, ਨਾ ਉਪਾਸਨਾ ਜੀ ਨਾਲ ਬੈਠੇ ਸੀਗੇ, ਜਦੋਂ ਜਦੋਂ ਦੱਸਣ ਲੱਗਦੇ ਜਦੋਂ ਜੁੰਡੀ ਵੜ ਦਿੰਦੇ, ਮੈਂ ਉਸ ਤੋਂ ਬਾਅਦ ਚਲੋ ਠੀਕ ਦੁਬਾਰਾ ਫਿਰ ਦੱਸਣ ਦੀ ਫਿਰ ਕੋਸ਼ਿਸ਼ ਕਰਦਾ ਵੀ ਹੁਣ ਜੁੰਡੀ ਵੱਢਣਗੇ, ਇਹਦਾ ਮਤਲਬ ਮੈਨੂੰ ਹੁਣ ਚੁੰਡੀ ਵੱਢਣ ਦੀ ਜ਼ਰੂਰਤ ਨਹੀਂ ਪੈਣੀ, ਨਾ ਨਾ ਤੁਹਾਡੀ ਚੁੰਡੀ ਦਾ ਅਸਰ ਵੀ ਨਹੀਂ ਹੋਣਾ, ਅਸਰ ਵੀ ਹੋਣਾ ਦੱਸ, ਅੱਛਾ ਤੁਸੀਂ ਆਪਣੀ ਚੁੰਡੀ ਹੁਣ ਪਾਸਨ ਜੀ ਵਰਗੀ ਸਮਝ ਲਓ, ਐਵੇਂ ਤੁਸੀਂ ਤਾਂ ਮੇਰੀ ਚੁੰਡੀ ਆਪਣੀ ਬੇਸਟ ਕਰ ਲੈਣੀ, ਅੱਛਾ ਅੱਛਾ ਵਾਹ ਜੀ। ਯਾਰਾਂ ਦੋਸਤਾਂ ਦੀ ਗੱਲ ਕਰਦੇ ਆ, ਮੈਂ ਭੱਲਾ ਸਰ ਤੁਹਾਨੂੰ ਜਿੱਦਾਂ ਬਾਲਮੁਕਨ ਸ਼ਰਮਾ ਜੀ ਨੇ ਉਹ ਤੇ ਤੁਸੀਂ ਯੂ ਆਰ ਲਾਈਕ ਜਿੱਥੇ ਅਸੀਂ ਜਾਂਦੇ ਪੰਜਾਬੀ ਇੰਡਸਟਰੀ ਦੇ ਵਿੱਚ ਐਕਚੁਅਲ ਰੀਅਲ ਲਾਈਫ ਦੋਸਤੀ ਦੀ ਮਿਸਾਲ ਹੋ ਤੁਸੀਂ, ਔਰ ਜਿੱਥੇ ਵੀ ਜਾਈਦਾ ਜੇ ਤੁਹਾਡਾ ਜ਼ਿਕਰ ਹੁੰਦਾ ਆਟੋਮੈਟਿਕਲੀ ਉਹਨਾਂ ਦੀ ਕੋਈ ਨਾ ਕੋਈ ਗੱਲ ਹੀ ਹੈ, ਤੁਹਾਡੇ ਤੋਂ ਉਹਨਾਂ ਦਾ ਹਾਲ ਚਾਲ ਜਿਵੇਂ ਆ ਕੇ ਕੋਈ ਪੁੱਛਦਾ ਇਟਸ ਲਾਈਕ ਕਿ ਇਟਸ ਲਾਈਕ ਕਿ ਜੇ ਭੱਲਾ ਸਰ ਇੱਥੇ ਨੇ ਮਾਇੰਡ ਵਿੱਚ ਉਹਨਾਂ ਦੀ ਵੀ ਨਾਲ ਇਮੇਜ ਬਣ ਜਾਂਦੀ ਹੈ ਜਾਂ ਉਹ ਕਿਤੇ ਹੋਣ ਤੇ ਭੱਲਾ ਸਰ ਦੀ ਇਮੇਜ ਬਣ ਜਾਂਦੀ, ਐਸੀ ਯਾਰੀ ਦੋਸਤੀ ਐਸੀ ਯਾਰੀ ਇੰਨੇ ਸਾਲ ਨਿਭਾਉਣੀ ਬਹੁਤ ਮੁਸ਼ਕਿਲ, ਔਰ ਆਪਣੀ ਐਂਟਰਟੇਨਮੈਂਟ ਇੰਡਸਟਰੀ 'ਚ ਜਦੋਂ ਕੋਈ ਆ ਜਾਂਦਾ ਹੈ ਹੋਰ ਬਹੁਤ ਸਾਰੀ ਚੀਜ਼ਾਂ ਲੋਕ ਉਹਦੇ ਨਾਲ ਜੁੜਦੇ ਜਾਂਦੇ ਨੇ, ਤੁਸੀਂ ਥੋੜ੍ਹਾ ਡਿਸਟਰੈਕਟ ਹੋ ਸਕਦੇ ਹੋ, ਪਰ ਤੁਸੀਂ ਜਿਹੜੀ ਯਾਰੀ ਨਿਭਾਈ ਹੈ ਨਾ, ਮਤਲਬ
मेरे च तो 100 गुण हो सकते हैं पर साडे बालम करन च डेडली ऑनेस्ट बंदा एज ए कह लो तुसी मार्कफेड दे विचों रिटायर होए ने एडिशनल एमडी गोल्ड मेडलिस्ट भी असी दे मेरे क्लास फैलो भरा मार गए सो साडा तां प्यार ही इन्ना परमात्मा बनाई रखे जिवें टचवुड गया वा भी इसे तरह बरकरार रहीए सो उहदे वर्गा बंदा मिलना मुश्किल आ सो यही रीजन आ साडा प्यार हुण तक बरकरार आ फैमिली वांगू वरतदे आ एक दूजे नाल विआह शादियां ते होर कम्मां कारां च सो मैं तां कहिंदा हर एक बंदे नूं इक बालम करन दा वर्गा फ्रेंड जरूर मिलना चाहिए बिल्कुल लाइफ च असीं सारे डिजर्व करदे हां एक चंगा फ्रेंड जिहदे नाल तुसीं दिल दीआं सारीआं गल्लां शेयर कर सको शविंदर सर तुहाडी जिंदगी दे विच कोई उह बंदा है कोई भी हो सकदा लाइक इट कैन बी योर रिलेटिव फ्रेंड जिहदे नाल तुसीं अपने दिल दी हर गल जदों लो वी फील करदे हो उहदे नाल शेयर करदे हो हां जी है जरूरी नहीं बंदा दसो हुण अपनी घर वाली नूं तां सारे दसदे ही दसदे आ पर एक मेरा मित्र भी हैगा ਉਹਦਾ ਨਾਂ ਹੈ ਜੈ ਭਗਵਾਨ ਵਰਮਾ ਜਿਹਨੇ ਮੈਨੂੰ ਇਸ ਲਾਈਨ ਦੇ ਵਿੱਚ ਪਾਇਆ ਜਿਹਦੇ 'ਚ ਜਦੋਂ ਕਿ ਕਿਸ ਕਿਸ ਕੇ ਵੇ ਸਟਰਗਲ ਮੈਂ ਤਾਂ ਹੁਣ ਕਿਹਾ ਮੈਂ ਤੂੰ ਕਿੱਥੇ ਫਸਾ ਦਿੱਤਾ ਮੈਨੂੰ ਮੈਂ ਕੀ ਕੀਤਾ ਉਹ ਕਹਿੰਦਾ ਨਹੀਂ ਤੂੰ ਲੱਗਿਆ ਰਹਿ ਦਾ ਡੇ ਵਿਲ ਕਮ ਡੈਫੀਨੇਟਲੀ ਯੂ ਵਿਲ ਗੈਟ ਇਟ ਮੈਂ ਕਿਹਾ ਠੀਕ ਹੈ ਦੇਖੀ ਜਾਊਗੀ ਅੱਜ ਵੀ ਮੈਂ ਉਹਨੂੰ ਫੋਨ ਕੀਤਾ ਸੀ ਨਹੀਂ ਤਾਂ ਉਹਨੇ ਵੀ ਆਉਣਾ ਸੀਗਾ 2-3 ਜਗ੍ਹਾ ਮੈਂ ਜ਼ਿਕਰ ਵੀ ਕੀਤਾ ਹੈ ਉਹ ਸੁਨਿਆਰਾਂ ਦਾ ਮੁੰਡਾ ਲੇਕਿਨ ਉਹਨੇ ਪੱਗ ਰੱਖੀ ਹੋਈ ਹੁੰਦੀ ਸੀ ਸਰਦਾਰ ਸੀਗਾ ਨਾਲ ਪੜ੍ਹਦਾ ਸੀਗਾ ਸਕੂਲ ਟਾਈਮ ਤੋਂ ਲੈ ਕੇ ਇਕੱਠੇ ਹੀ ਹੋਏ ਪਰ ਇਹ ਲਾਈਨ ਦੇ ਵਿੱਚ ਪਏ ਤੇ ਉਹਨੂੰ ਮੈਂ ਮੇਰਾ ਖਿਆਲ ਹੈ ਵੀ ਕੋਈ ਇਹੋ ਜਿਹੀ ਮੇਰੀ ਗੱਲ ਨਹੀਂ ਹੈ ਜਿਹੜੀ ਮੈਂ ਉਸ ਤੋਂ ਛੁਪਾਈ ਹੈ ਪਰ ਜਦੋਂ ਕਦੇ ਹੱਥ ਤੰਗ ਹੁੰਦਾ ਸੀ ਮੁੰਦੀ ਮੰਤੀ ਚੱਕ ਕੇ ਦਿੰਦਾ ਸੀ ਘਰੋਂ ਮੁੰਦੀ ਮੈਂ ਮੰਗੀ ਨਹੀਂ ਕਿਉਂ ਕਿਉਂਕਿ ਕਹਾਵਤ ਹੈ ਸੁਨਿਆਰਾਂ ਦੀ ਕਹਾਵਤ ਹੈ ਇੱਕ ਮੈਨੂੰ ਭੱਲਾ ਜੀ ਨੇ ਕਿਹਾ ਸੀ ਕਹਿੰਦੇ ਨਾ ਬਈ ਹੁਣ ਭੱਲਾ ਜੀ ਇੱਥੇ ਤੱਕ ਨਾ ਹੁਣ ਜਾਓ ਤੁਸੀਂ ਲਹਿਣ ਦੇ ਦੇਖਿਓ ਜੀ ਤੇ ਸਾਰਿਆਂ ਨੂੰ ਚੰਗੇ ਮਿੱਤਰ ਮਿਲਣੇ ਚਾਹੀਦੇ ਆ ਵੀ ਤੁਹਾਡਾ ਵੀ ਹੈਗਾ ਕੋਈ ਵੀ ਹਾਂਜੀ 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 ਕੈਰੀ ਔਨ ਦੈਟ ਨਹੀਂ ਮੇਰੇ ਮਿੱਤਰ ਹੈਗੇ ਆ ਜੀ ਮੁੰਡਾ USA ਆ ਵਿਜੇ ਕੁਮਾਰ ਵਿਜੇ ਸਿੰਘ ਤੇ ਉਹਨੇ ਮੈਨੂੰ ਬੜਾ ਐਪਰੀਸ਼ੀਏਟ ਕਰਨਾ ਭਾਅ ਜੀ ਇੱਕ ਵਾਰੀ ਹਟਾਉਣੀ ਸੀਗੀ ਉਹਨੇ ਆਪਣਾ ਨਾਂ ਕਟਾ ਕੇ ਨਾ ਮੈਨੂੰ ਕਹਿੰਦੇ ਨਹੀਂ ਉੱਥੇ 50 ਰੁਪਏ ਐਂਟਰੀ ਸੀਗੀ ਉਹਨੇ ਆਪਣੇ ਕੋਲੋਂ 50 ਰੁਪਏ ਦੇ ਕੇ ਮੇਰਾ ਨਾਂ ਪਾਇਆ ਅਤੇ ਉੱਥੇ ਫਿਰ ਮੈਂ ਪਰਫੋਰਮ ਕੀਤਾ ਤਾਂ ਮੇਰੀ ਫਸਟ ਪੋਜੀਸ਼ਨ ਆਈ ਸੀ ਅਤੇ ਉਹ ਬੰਦੇ ਨੇ ਇੱਦਾਂ ਦੇ ਯਾਰ ਬੇਲੀ ਹੋਣੇ ਚਾਹੀਦੇ ਪ੍ਰੀਤਿੰਦਰ ਪੋਪੀ ਘੁੱਗੀ ਬਾਈ ਤਾਂ ਹੈ ਹੀ ਹੈ ਨਾ ਅਤੇ ਉਹ ਇਹੋ ਜਿਹੇ ਯਾਰ ਅਤੇ ਵਾਕਿਆ ਹੀ ਕਰਮਾਂ ਵਾਲੇ ਨੂੰ ਮਿਲਦੇ ਹੁੰਦੇ ਬਿਲਕੁਲ ਹੈ ਨਾ ਅਤੇ ਹੁਣ ਮੇਰਾ ਯਾਰ ਜਿਹੜਾ ਅਸਲ ਮੇਰਾ ਯਾਰ ਨਾ ਘੈਂਟ ਉਹ ਮੇਰੀ ਲਾਈਫ ਪਾਰਟਨਰ ਮੇਰਾ ਬੁੱਗਾ ਇਹ ਪਿਛਲੀ ਇੰਟਰਵਿਊ ਦੇ ਵਿੱਚ ਵੀ ਸਰ ਨੇ ਕਿਹਾ ਸੀ ਔਰ ਸੱਚੀ ਗੱਲ ਆ ਉਸ ਤੋਂ ਬਾਅਦ ਮੈਂ ਕੋਈ ਵੀ ਗੱਲ ਸ਼ੇਅਰ ਕਰਨੀ ਜਾਂ ਵੀ ਹਾਂ ਮੇਰਾ ਯਾਰ ਇੱਦਾਂ ਦਾ ਕਰੈਕਟਰ ਮੈਂ ਆਪਣੀ ਵਾਈਫ ਨਾਲ ਸ਼ੇਅਰ ਕਰਨਾ ਭਾਅ ਜੀ ਮੇਰੀ ਸੌਰੀ ਸਾਰਾ ਉਹ ਮੇਰੇ ਵਾਲਾ ਐਡਿਟ ਕਰਕੇ ਨਾ ਮੇਰੀ ਘਰ ਵਾਲੀ ਦਾ ਨਾਮ ਵੀ ਪਾ ਲਓ ਨਹੀਂ ਇਹਨਾਂ ਨੇ ਮੇਰੇ ਛਿੱਤਰ ਪਾਉਣਾ ਕਰੇ ਭਾਅ ਜੀ ਤੁਹਾਨੂੰ ਪਤਾ ਤੁਸੀਂ ਮੇਰੀ ਵਾਈਫ ਨਾਲ ਗੱਲ ਕੀਤੀ ਹੈ ਨਾ ਮੈਂ ਕਿਸੇ ਦੀ ਵਾਈਫ ਨਾਲ ਨਹੀਂ ਕਰਦਾ ਨਹੀਂ ਮੇਰੀ ਗੱਲ ਸੁਣੋ ਓਨੈਸਟਲੀ ਆਈ ਨੋ ਅੱਛਾ ਉਦਾਂ ਮਿਲਿਆ ਮੈਂ ਤੂੰ ਐਵੇਂ 24 ਘੰਟੇ ਡੰਡਿਆਂ ਤੋਂ ਡਰਦੇ ਰਹਿੰਦੇ ਹਾਂ ਐਵੇਂ ਭਾਜੀ ਕੀ ਗੱਲ ਹੈ ਕਿੱਦਾਂ ਦੀ ਗੱਲ ਕਰਦਾ ਮੈਂ ਤੁਹਾਨੂੰ 20 ਵਾਰ ਕਹਿੰਦਾ ਨਾ ਪਾਸਨਾ ਜੀ ਨਾਲ ਨਾ ਕਰਿਆ ਕਰੋ ਇੰਟਰਵਿਊ ਤੁਸੀਂ ਯਾਰ ਪਾਸਨਾ ਜੀ ਦਾ ਵਿੱਚ ਕਿਉਂ ਲੈ ਕੇ ਆਉਂਦੇ ਮੈਂ ਤਾਂ ਕਰਕੇ ਕਹਿੰਦਾ ਵੀ ਮੈਂ ਸੀਰੀਅਸ ਗੱਲ ਕਰਨ ਦਿਆ ਤੇ ਫੇਰ ਉਹ ਹਾਂ ਮੈਂ ਤੇਰੀ ਘਰ ਵਾਲੀ ਨਾਲ ਗੱਲ ਕੀਤੀ ਦੱਸ ਕੀ ਹਾਂ ਤੁਸੀਂ ਇਹੀ ਕਹਿੰਦੇ ਸੀ ਨਾ ਮੈਂ ਯਾਰ ਇਹ ਬੰਦਾ ਭੈਣ ਜੀ ਇਹ ਤੁਹਾਨੂੰ ਬਹੁਤ ਪਿਆਰ ਕਰਦਾ ਭੈਣ ਜੀ ਪੁੰਜ ਕੁਝ ਨਹੀਂ ਕਹਿੰਦਾ ਭਾਬੀ ਕਹਾ ਉਹਨਾਂ ਨੇ ਕਿਹਾ ਨਹੀਂ ਨਹੀਂ ਤੂੰ ਭੈਣ ਜੀ ਕਿਹਾ ਸੀ शहर च आया ओहदे अगे 28-29 रोटियां रख दियां कहिंदा यार मैं पशु आ ਤੁਸੀਂ ਮੈਨੂੰ ਬੰਦਾ ਨਹੀਂ ਸਮਝਦੇ ਵਿੱਚੋਂ ਕਹਿੰਦਾ 2 ਚੱਕੇ ਲੈ ਲਓ ਅੱਗੇ ਹੋਰ ਵੀ ਕਿਹਾ ਸੀ ਕਿ ਜੇ ਲੋੜ ਹੋਈ ਹੋਰ ਮੰਗਵਾ ਲਾਂਗਾ ਮੈਂ ਭਾਜੀ ਸੇਸ ਕਰਕੇ ਪੀਸੀ ਵਾਲਿਆਂ ਨੇ ਬੀਬਾ ਨੂੰ ਵੀ ਪੈਸੇ ਦੇਣੇ ਉਹਨੂੰ ਵੀ ਬੋਲਣ ਦੇ ਹਾਂਜੀ ਬੋਲੋ ਕੁਛ ਕੁਛ ਨਹੀਂ ਬਹੁਤ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀ ਪਰ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਦਾ ਵੇਲਾ ਹੋ ਗਿਆ ਅਤੇ ਨਾਲ ਹੀ ਸਾਨੂੰ ਭੱਲਾ ਸਰ ਨੂੰ ਥੈਂਕ ਯੂ ਕਰਨਾ ਪੈਣਾ ਕਿਉਂਕਿ ਭੱਲਾ ਸਰ ਨੇ ਸਾਨੂੰ ਇੰਨਾ ਹੀ ਟਾਈਮ ਦਿੱਤਾ ਔਰ ਹੁਣ ਭੱਲਾ ਸਰ ਨੇ ਜਾਣਾ ਹੈ ਸੋ ਉਹਦੇ ਲਈ ਸਰ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਜੁਆਇਨ ਕੀਤਾ ਤੁਸੀਂ ਦੋਨੋਂ ਹਲੇ ਬਣੇ ਰਹੋ ਸਾਡੇ ਨਾਲ ਮਜ਼ਾਕ ਰਿਹਾ ਇਦਾਂ ਸ਼ੁਗਲ ਲਾਉਂਦੇ ਰਹਿੰਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਚਾਹੇ ਕੈਰੀ ਔਨ ਜੱਟਾ ਫਿਲਮ ਚਾਹੇ ਕੋਈ ਆ ਅਸੀਂ ਤੁਹਾਨੂੰ ਕਲਿਪਸ ਕੱਟ ਕੱਟ ਕੇ ਭੇਜਦੇ ਰਹਿੰਦੇ ਆ ਫਿਲਮ ਉਹਦੇ ਨਾਲ ਹੀ ਗਰਮ ਬਹੁਤ ਹੋ ਜਾਂਦੀ ਆ ਬਿਲਕੁਲ ਸੋ ਇਹ ਫਿਲਮ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਯਾਰਾਂ ਦੀਆਂ ਪਾਵਰਾਂ ਤੈਨੂੰ ਵੀਰਾਂ ਸੀ ਉਹਦੇ 'ਚ
तीनों साडू हाँ वो एक बीबा जी ने साडे लई एक हीरो आ हीरन आ बाकी कॉलेज के बच्चे ने यंगस्टर्स की मूवी आ यार दियाँ पौं बारह 30 मार्च में सारे ने हुम हुम आके थिएटर च पहुँचना बहुत बहुत धन्यवाद थैंक यू जी थैंक यू पल्ला सर इट इज ऑलवेज एन ऑनर टू टॉक टू यू ऑलवेज थैंक यू सेम ग्रेट बंदे हैं ग्रेट साडा भी यही हाल हुंदा भी साडा कोई ऑपरेशन करे तां इहदे हत्थों होवे जे पुछे तां कुड़ी ही पुछे सानू ओ सुना ब्याह हाय मेरे नाल ओ कीता इहनां ने रोल मेरी नूंह दा की बनू पूनिया दा आई एम रियली वेरी मच इंप्रेस्ड वेरी गुड गॉड ब्लेस यू थैंक यू जी थैंक यू थैंक यू सर थैंक यू दोस्तों जिस फिल्म दी असी गल कर रहे हैं जे उस फिल्म दी कैप्टन ऑफ द शिप ही मिसिंग होए तो फिर मजा जानी आंदा सो उपासना मैम इज बैक विद अस मैम वेलकम बैक थैंक यू जी थैंक यू मैं तो नाम दिया देखो दो दो कैप्टन बैठे हैं मेरे बिल्कुल मैं मैम इस इंटरव्यू दी स्टार्टिंग ची क्या सी और जदों सर हुणी भी ज्वाइन कीता मैं बोलिया कि पंजाबी इंडस्ट्री दे ओ पिलर ने जिन्ना तो बगैर कोई फिल्म बन ही नहीं सकती ईवन भावें असी न्यू फेसिस की भी जो गल करिए जो उन्होंने भी अगे आना है दे नीड देयर बैकअप दे नीड देयर सपोर्ट क्योंकि लोगों के इन्हों टैलेंट की हूँ पूरी चढ़ाई है पीपल वॉन्ट टू सी दैम एंड दे आर एबसोल्यूटली द पिलर्स ऑफ दिस इंडस्ट्री और हर कोई इस गल अग्री करता है इनसाइक्लोपीडिया खेडना है मतलब की एज ऑफ टूडे 2023 लिस्ट है मेरे को मतलब की मैं तुम्हें पूछूंगी तुम अपनी ऑडियंस नु दसना है सो इट इज बेसिकली एन इनसाइक्लोपीडिया अबाउट यू ठीक है ओवरऑल सब कुछ मैं जानना चाहूँगी थोड़े को जिन्ना भी वो बारे सू दस सको सू एज फैंस खुशी होएगी ठीक है मैम सब तो पहला किधर गेम च मैं बड़ी जीरो है साडा गेम को तो करते लाई नहीं 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 ये तो सिर्फ अलग तरह की गेम खेल रहे हैं ये तो रैपिड फायर है थोड़े नाल स्टार्ट करेंगे सर मैं थोड़ा क्वेश्चन पूछने जल्दी ना जवाब देना है जल्दी ना जवाब देना मैं थोड़े अपने फेवरेट सी है जी चीज तुम पसंद वो तुम दस ही सकते हो ईजी है जिथे मुड़ मुड़ के जाना दिल नू बहुत सुकून दिंदा मेरा पिंड और ओदा नाम सर विलेज बंदे महल कला मेनू लाफिंग बुद्धा दिता है समथिंग जो तुसी आप अपने पैसे ना खरीदे और बड़ी रीजा ला के बनाया उन्हों वो कीड़ी चीज़ है बहुत रीजा मैं अपनी कुटिया बनाई है बहुत रीजा ना वो कहंदे हाँ बिल्कुल बिल्कुल मेरे मन दे विच सी कि उहदे विच एक छोटी जी छतरी बनावा छोटा जा पार्क जा होवे कुटिया होवे 5-6 कमरे होने और ए उत्थे एक बार आ चुका आया होया ते मेरा ख्याल है पीटीसी भी उत्थे जा चुका है मैनूं पता नहीं क्यों ये अपना पिंड मेरा पिंड जो सुख छज्जू दे चवारे ना बलख ना बखारे बिल्कुल बिल्कुल अच्छा सर एक तुहाडी हैबिट जो तुहानू पता है सबकॉन्शियसली कि ये चंगी चीज नहीं है नहीं है ये थे केड़ी है आई एम ओवर इमोशनल आदमी और वेरी बैड थिंग इट इज फॉर मी एंड अदर्स आल्सो बट आर्टिस्ट आर इमोशनल पीपल नहीं होना चाहिए एक हद तक नॉट ओवर ओदे नाल हमेशा उनू मिसयूज कीता जांदा इस दुनिया दे विच अच्छा एक सर जे कोई चीज़ तो हमें सीखने का मौका मिले इमीजिएटली तो किसे वो केड़ी चीज़ होगी जो सीखना चाहोगे मैं सीखना चाहूँगा जिन्हों कहते हैं गल्लां गल्लां दे विच किसी नू बेवकूफ बना देना वो मैनू आउंदा नहीं है क्यों सीखोगे तुसी हां दिस इज नॉट अ गुड क्वालिटी नहीं सच्ची हां मैं सच जो कहूंगा सच कहूंगा सच किसी मैं रौला पाया होया हर इंटरव्यू दे जो कहूंगा सच पूरा जानी है ना इते अदालत लाई पई है मैं जो कहूंगा सच के सिवाय कुछ नहीं कहूंगा क्योंकि ओ दिल तो जबान तो दिमाग तो हर चीज तो हुंदा हुंदा है जिहड़ा तुसी झूठ बोलदे हो तुसी 10 बार बनाओगे सोचोगे अपनी चंगी चंगी गल्लां बोलोगे मैं तो पहले ही बोल दिता कि बस ये मैनू नहीं आता इस करके लोग तुहानू प्यार करदे आई डोंट नो
मतलब कीती सी और मैं दिल्ली दे विच शूटिंग कीती सीगी 73 च पहली बार कैमरा फेस कीता सी ते इकबाल ढिल्लों वाज सिटिंग बिहाइंड मी एज सरदार और मैं उहदे नवीन निश्चल हीरो सीगा है और चार रीलां बन के बंद हो गई मैं वापस नहीं आया 6 साल मैं दौड़ के बॉम्बे चला गया फिर मेरी 81 दे विच पहली फिल्म रिलीज़ होई सी पटवारी आई वॉज द हीरो इन दैट और अर्पणा चौधरी वॉज द हीरोइन ते इकबाल ना मेहर मित्तल वॉज द अपना कॉमेडियन एंड योगेश छाबड़ा मेरे अज भी याद है अमृतसर विच शूटिंग हो रही है ए मैं ए भी मैं भुलदा नहीं हैगा पूरी टू द डिटेल टू द डिटेल याद है सर नु एक 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 बंदा कौन पीछे बैठा सी वो भी करके जिस दिन वो मुहूर्त होया सी मेरा बर्थडे सीगा मेनू नहीं सी पता और क्या गिफ्ट दिता और उन्होंने केक कटिया मेरा अमृतसर दे विच और मैं हैरान मैं क्या केक भी कटिया जांदा पहली बार मैं जदों शूटिंग वास्ते आई सी मैं पहली बार एसी ट्रेन च बैठ के बॉम्बे तो आया सी सतीश कॉल दे टिकट ते पहला सतीश कॉल सी उन्हें डेट नहीं सी दित्ती ते फिर उन्होंने कहा सीगा कि बई एक नवा मुंडा मैं उन्होंने नाल च टक्करा मारिया सी एक आर्ट फिल्म कीती सी आदर्श नाम दी उहदे कोल उस दो दे मेरे पास फोटोग्राफ सीगे क्योंकि मेरी जिंदगी च कदे लॉटरी नहीं लगी मैं गेम लग गए खेड मेरे तो लगती नहीं 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 सर वेल डन थैंक यू पासना मैम योर टर्न तुसी दसने सा तुहानू सब तो ज्यादा गुस्सा केड़ी चीज चढ़ाउंदी है जदों कोई जानवरां नू मारदा है सो वेल सेड कि मैं बहुत ज्यादा प्यार करदी हां जानवरां नू मैं पंछियां नू अदा मैं ना मैनू बहुत ज्यादा प्यार है और मैं जदों कोई ऐसी चीज देखदी हां कि जिहदे च कोई मार रिहा हुंदा उहनां नू या हर्ट कर रिहा हुंदा मेरा पूरा दिन खराब हो जांदा है उपासना मैम योर फर्स्ट कैमरा मेमोरी मैं तो बहुत छोटी सी उदो मतलब असी ना स्कूल वालों गए सीगे उत्थे दूरदर्शन जलंधर च ते उच मैं कृष्ण बनी भी सीगी और उदा नाम गाना सीगा ज्योति कलश छलके और मैं विच कृष्ण सीगी और आसपास मेरे गोपियां मतलब मैं लड़का बनी भी सी हां 5-6 साल दी इदा और बच्चियां दे प्रोग्राम च लेके गया हां जी ते ओ सारे लोग देखन आए दूरदर्शन का हर डायरेक्टर देखना आया क्योंकि की हुंदा है कि बच्चे डांस तो कर लेंगे स्माइल करके पर जो एक्सप्रेशन एक्सप्रेशन दे के एक बच्चा डांस कर रहा है वो कुछ अलग दिखता है अलग क्यूट क्यूट लगता है तो फिर मैं सारे उस तो बाद मैं दूरदर्शन के काफ़ी बच्चों के रोल्स किए फिर 13-14 साल की हुई तो उन्होंने हीरोइन बनाता मैंने ओके मैम कोई ऐसा गिफ्ट जो तुहाडे दिल के बहुत करीब हो जो थानू मिलिया हो किसी फैन तो या किसी तो भी जिदी कोई कहानी हो मेरी मदर ने मैनू अज देखो मैं एक लॉकेट पाया है इच गुरु नानक देव जी है वाओ ये मेरी मदर ने मैनू दिता और ये हमेशा तुसी शूटिंग्स च भी जदों मेरी यहाँ फिल्मा देखोगे तुहानू ये गुरु नानक देव जी दिखनगे और जदों मेरी मैं बड़ी दुख ना लानी जदों मैनू कोई कहंदा तू तुहाडा करैक्टर जिहड़ा है ना पंजाबी नहीं है और एक कहा दो रिंग्स है एक ये रियल है ओम जिदे ते लिखा है और एक ये मेरे हस्बैंड ने दिती है मैनू तो ये भी नहीं मैं कभी लांदी और एक ये नहीं मैं लांदी ये मेरे लिए बहुत प्रेशियस गिफ्ट्स है यस सो स्वीट ओके मैम एक तुहाडी हैबिट जो तुहानू पता है कि गलत है पर फिर भी सबकॉन्शियसली करदे रहंदे हो मैं ना एक गल नू बार बार रिपीट बहुत करदी हां और मैं सारे कहते तो दसिया सीगा तुसी मैं भी क्या हाँ। इतने मैं भी क्या मैं क्या तो तुसी दस चुके हो अच्छा दस दिता सीगा कोई नहीं तुसी ये पैसे ख्याल रखना है मेरे ना सारे कहते ओ तुसी ये दसिया है मैं कुछ 8-10 बार सेम गल दस दिनी अपने घर दिया नू इदा मतलब तुसी कॉन्शियस रहंदे हो मतलब कि यू वांट थिंग्स मैं बहुत वड्डी जिही चीज सीखना चाहनी है
ਮੈਨੂੰ ਲੱਗਦਾ ਕਿ ਮੈਂ ਨਾ ਡਾਕਟਰ ਬਣਨਾ ਚਾਹੁੰਦੀ ਜਾਨਵਰਾਂ ਦੀ ਜਿਹੜੀ ਨਹੀਂ ਹੋ ਸਕਦਾ ਹੁਣ ਅਗਲੇ ਜਨਮ ਚ ਬਣੂਗੀ ਬਟ ਕਿਉਂਕਿ ਤੁਹਾਡਾ ਉਹ ਇੱਕ ਸੌਫਟ ਕਾਰਨਰ ਆ ਉਹਦੇ ਲਈ ਹਾਂ ਉਹਦੇ ਲਈ ਤੁਸੀਂ ਇਹ ਕਰਨਾ ਚਾਹੁੰਦੇ ਮੈਂ ਨਾ ਜਦੋਂ ਜਾਨਵਰਾਂ ਮੇਰੇ ਨਾ ਘਰ ਚ ਮੇਰੀ ਬਿਲਡਿੰਗ ਚ 13 ਕੈਟਸ ਹੈ ਜਿਹੜੀਆਂ ਡਿਫਰੈਂਟ ਜਗ੍ਹਾ ਤੋਂ ਆਉਂਦੀਆਂ ਮੈਂ ਉਹਨਾਂ ਨੂੰ ਫੀਡ ਕਰਦੀ ਹਾਂ ਔਰ 3 ਮੇਰੇ ਕੁਐਸਟ ਕੋਈ ਪਰਸ਼ੀਅਨ ਕੈਟਸ ਨਹੀਂ ਹੈ ਸਟ੍ਰੇ ਕੈਟਸ ਹੈ ਤੇ ਬਾਕੀ ਮੈਂ ਕੁੱਤੇ ਔਰ ਮੇਰੇ ਕਬੂਤਰ ਔਰ ਕਊਏ ਸਾਰੇ ਮੇਰੇ ਸਵੇਰੇ ਸਵੇਰੇ ਮਿਲਣ ਆਉਂਦੇ ਸਾਰੇ ਨਾ ਜਦੋਂ ਉਹਨਾਂ ਦੇ ਸੱਟ ਲੱਗ ਜਾਂਦੀ ਨਾ ਕੋਈ ਵੀ ਫਿਰ ਉਹਨਾਂ ਦੇ ਮੈਂ ਇਲਾਜ ਵੀ ਕਰਨ ਲਈ ਨਾ ਮੈਨੂੰ ਡਾਕਟਰਾਂ ਕੋਲ ਬਾਰ ਬਾਰ ਜਾਣਾ ਪੈਂਦਾ ਆ ਕੁਛ ਔਰ ਉਹ ਮੇਰੇ ਕੋਲ ਬਹੁਤ ਜ਼ਿਆਦਾ ਚਾਰਜ ਕਰਦੇ ਆ ਉਹਨਾਂ ਨੂੰ ਲੱਗਦਾ ਐਕਟਰੈਸ ਆ ਗਈ ਉਪਾਸਨਾ ਸਿੰਘ ਨਾ ਜਦਕਿ ਮੈਂ ਸੜਕ ਤੋਂ ਲੈ ਕੇ ਜਾਂਦੀ ਉਹਨਾਂ ਨੂੰ ਤੇ ਮੈਨੂੰ ਚਾਹੁੰਦੀ ਹਾਂ ਕਿ ਮੈਂ ਔਰ ਮੇਰਾ ਦਿਲ ਵੀ ਨਹੀਂ ਕਰਦਾ ਕਿ ਮੈਂ ਉਹਨਾਂ ਦਾ ਇਲਾਜ ਨਾ ਕਰਾਵਾਂ ਕਿਸੇ ਦੇ ਸੱਟਾਂ ਲੱਗੀਆਂ ਹੁੰਦੀਆਂ ਕਿਸੇ ਦੇ ਕੁਛ ਮੈਂ ਕਰਾਉਂਦੀ ਮੈਨੂੰ ਚਾਹੁੰਦੀ ਜੇ ਮੈਨੂੰ ਇਹ ਸਾਰਾ ਕੁਛ ਆਉਂਦਾ ਹੁੰਦਾ ਤਾਂ ਮੈਂ ਕਦੀ ਨਾ ਜਾਂਦੀ ਡਾਕਟਰ ਕਨਸੈਸ਼ਨ ਦੇਣਾ ਚਾਹੀਦਾ ਔਰ ਜਿਹੜੇ ਅਸੀਂ ਪਾਲਦੇ ਹਾਂ ਜਿਹੜੇ ਡੋਗਸ ਉਹਨਾਂ ਲਈ ਚਲੋ ਠੀਕ ਹੈ ਇੱਕ ਚਾਰਜ ਹੋਣਾ ਚਾਹੀਦਾ ਪਰ ਜਿਹੜੇ ਹੈਲਪ ਕਰਦੇ ਆ ਉਹਨਾਂ ਲਈ ਥੋੜਾ ਜਿਹਾ ਘੱਟ ਕਰਨਾ ਚਾਹੀਦਾ ਜਦੋਂ ਬੰਦਾ ਨਾ ਅਗਲਾ ਸਹੀ ਹੁੰਦਾ ਦੂਸਰਾ ਗਲਤ ਹੁੰਦਾ ਨਾ ਉਹਨੂੰ ਕਹਿੰਦਾ ਯਾਰ ਤੂੰ ਇੱਦਾਂ ਨਾ ਉਹ ਬੰਦਾ ਇਰੀਟੇਟ ਕਰਾਉਂਦਾ ਨਾ ਜਿਹੜਾ ਗੱਲ ਅਗਲਾ ਸਮਝਦਾ ਨਹੀਂ ਨਾ ਉਦੋਂ ਮੈਂ ਕਹਿੰਦਾ ਬਈ ਇਹ ਦੁਨੀਆਂ 'ਤੇ ਕਿਉਂ ਆਇਆ ਇਹਦੀ ਗੱਲ ਕਿਉਂ ਨਹੀਂ ਸਮਝ ਰਿਹਾ ਯਾਰ ਮੈਨੂੰ ਬੜਾ ਤੁਹਾਨੂੰ ਪਤਾ ਹੀ ਆ ਆਪਣੀ ਫਿਲਮ 'ਚ ਵੀ ਹੋਏਗਾ ਹੁਣ ਮੈਂ ਨਾਂ ਨਹੀਂ ਲੈਣਾ ਕਿ ਨਹੀਂ ਉਹ ਕਹਿੰਦੇ ਨਹੀਂ ਜੇ ਇੱਥੋਂ ਉਹ ਮੈਂ ਚੁੱਪ ਰਹੂੰਗਾ ਹਾਂ ਕਈ ਵਾਰੀ ਮੈਂਟਲ ਬਲੌਕ ਹੋ ਜਾਂਦਾ ਸਾਹਮਣੇ ਵਾਲੇ ਮੈਂ ਉਹਨਾਂ ਨੂੰ ਕਈ ਵਾਰੀ ਮੈਂ ਕਿਹਾ ਮੈਨੂੰ ਯਾਰ ਇੱਦਾਂ ਕਿਉਂ ਹੈਨਾ ਚਲੋ ਜੀ ਅੱਗੇ ਹੈ ਕਿ ਤੁਹਾਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ ਮੈਨੂੰ ਡਰ ਉਹ ਜਿਹੜਾ ਪੰਗੂੜਾ ਜਿਹਾ ਹੁੰਦਾ ਉੱਪਰ ਜਾ ਕੇ ਉਹ ਸਾਡੇ ਪਿੰਡ ਕਿਤੇ ਮੇਲਾ ਲੱਗਾ ਸੀ ਮੈਂ 1 ਰੁਪਈਆ ਦਿੱਤਾ ਉਹ ਸਾਰਾ ਰੁਪਈਆ ਮੇਰੇ ਹਜੇ ਵੀ ਅੰਦਰ ਘੁੰਮਦਾ ਹੀ ਜਾਂਦਾ ਜਿਹੜਾ ਥੱਲੇ ਜਿਹੜਾ ਤਾਂ ਐ ਜਾਂਦਾ ਨਾ ਬੰਦਾ ਕਹਿੰਦਾ ਜਦੋਂ ਥੱਲੇ ਹੁੰਦਾ ਮੰਗਾ ਕਹਿੰਦਾ ਮੈਂ ਕਿਉਂ ਆ ਗਿਆ ਉਹ ਮੈਨੂੰ ਦੇਖ ਕੇ ਨਾ ਮੇਰੇ ਹੁਣ ਵੀ ਮੈਨੂੰ ਕੋਈ ਕਹਿ ਦੇਵੇ ਨਾ ਯਾਰ ਤੂੰ ਝੂਟੇ ਲੈ ਲਾ ਨਹੀਂ ਮੈਂ ਕਿਹਾ ਮੈਂ ਝੂਟੇ ਮੈਂ ਸਾਈਕਲ ਤੇ ਵੀ ਲੈਣੇ ਆਈ ਹੈਵ ਅ ਫਰੈਂਡ ਉਹਨੂੰ ਵੀ ਹੈ ਓਕੇ ਤੁਹਾਡੀ ਫਸਟ ਕੈਮਰਾ ਮੈਮਰੀ ਇਹ ਯਾਰ ਮੈਂ ਉਦੋਂ ਪੜ੍ਹਦਾ ਸੀ ਪਲੱਸ 1 ਚ ਤੇ ਨਈ ਰੀਸਾਂ ਪੰਜਾਬ ਦੀਆਂ ਫਿਲਮ ਬਣ ਰਹੀ ਸੀ ਤੇ ਉਹਦੇ ਵਿੱਚ ਅਸੀਂ ਭੰਡਾ ਦਾ ਰੋਲ ਕਰਨ ਗਏ ਸੀ ਤੇ ਬੜਾ ਬਈ ਉੱਥੇ ਫਿਲਮ ਬਣਨੀ ਆ ਪਹਿਲਾਂ ਜਾ ਕੇ ਵੱਡੀਆਂ ਵੱਡੀਆਂ ਹੁਣ ਲਾਈਟਾਂ ਲੱਗਦੀਆਂ ਹੋਈਆਂ ਕਿੰਨੀਆਂ HMI ਲੱਗੀਆਂ ਹੁੰਦੀਆਂ ਉਹਦਾ ਦੇਖੋ ਵਾਹ ਯਾਰ ਇੱਦਾਂ ਫਟਾਫਟ ਅਸੀਂ ਉਹ ਭੰਡਾ ਦੀ ਆਈਟਮ ਕੀਤੀ ਪਰ ਫਿਲਮ ਨਹੀਂ ਆਈ ਉਹ ਹਾਂ ਨਹੀਂ ਰੀਸਾ ਪੰਜਾਬ ਦੀ ਸੱਚੀ ਓਨੈਸਟਲੀ ਔਰ ਇਹ ਮਤਲਬ ਪਲੱਸ 1 ਚ ਪੜ੍ਹਦਾ ਸੀ ਮੇਰਾ 93-94 ਦੀ ਗੱਲ ਹੋਣੀ ਹੈ ਤੇ ਮੈਂ ਲੋਕਾਂ ਨੂੰ ਦੱਸਾਂ ਬਈ ਫਿਲਮ 'ਚ ਕੰਮ ਕਰਕੇ ਆਇਆ ਹੋਇਆ ਸਾਡਾ ਹੁਣ ਸਬੂਤ ਦੇਖੀ ਕਿੱਦਾਂ ਆਉਣਾ ਅਤੇ ਉਹ 10 ਸਾਲ ਕਹਿੰਦੇ ਆਈ ਉਹ ਫਿਲਮ ਹੀ ਨਹੀਂ ਆਈ ਹੈ ਅਤੇ ਬੜਾ ਯਾਰ ਅਜੀਬ ਜਿਹਾ ਲੱਗਾ ਫਿਰ ਇੱਕ ਵਰਿੰਦਰ ਪੰਮੀ ਨੇ ਵਰਿੰਦਰ ਸਾਹਿਬ ਦੇ ਉਹਨਾਂ ਦੇ ਮੈਸੇਜ ਚਲੋ ਪਰਮਾਤਮਾ ਉਹਨਾਂ ਨੇ ਹੈ ਨਾ ਬੜਾ ਯਾਰ ਘੈਂਟ ਸੀ ਕਲਾਕਾਰ ਉਹਨਾਂ ਦੀ ਵਾਈਫ ਨੇ ਨਾ ਫਿਲਮ ਬਣਾਈ ਸੀ ਦੁੱਲਾ ਭੱਟੀ ਉਹਦੇ ਵਿੱਚ ਫਿਰ ਮੈਂ ਇੱਕ ਅਮਲੀ ਦਾ ਰੋਲ ਕੀਤਾ ਸੀ ਉਹ ਤੁਹਾਡੀ ਪਹਿਲੀ ਉਹ ਪ੍ਰੋਜੈਕਟ ਸੀ ਜਿਹੜੀ ਐਕਚੁਅਲੀ ਬਾਅਦ ਚ ਰਿਲੀਜ਼ ਵੀ ਹੋਈ ਯਾ ਉਹ ਤੁਹਾਡੀ ਪਹਿਲੀ ਪ੍ਰੋਜੈਕਟ ਹੋਈ ਓਕੇ ਕਮਾਲ ਦਾ ਉਸ ਤੋਂ ਬਾਅਦ ਬੜਾ ਸੁਰਿੰਦਰ ਸ਼ਿੰਦੇ ਭਾਜੀ ਦਾ ਖਾੜਾ ਸੀਗਾ ਮੈਂ ਅਮਲੀ ਜਿਹਾ ਬਣ ਕੇ ਨੱਚਣ ਡਿਆ ਮੈਨੂੰ ਸਪੈਸ਼ਲ ਭਾਜੀ ਨੇ ਨਾ ਕਿਹਾ ਕਹਿੰਦਾ ਯਾਰ ਸ਼ਿੰਦਾ ਜੀ ਕਹਿੰਦੇ ਯਾਰ ਉਹਨੂੰ ਲੈ ਕੇ ਆ ਜਾਣਾ ਉਹ ਬਿੰਗਾ ਜਿਹਾ ਨੱਚਦਾ ਰਾਂਝਾ ਚ ਵੀ ਤਾਂ ਹੀ ਤੈਨੂੰ ਅਮਲੀ ਬਣਾਇਆ ਉਹਨਾਂ ਨੇ ਤੂੰ ਕਹਿੰਦਾ ਯਾ ਯਾ ਅਮਲੀ ਸੀ ਯਾ ਭਾਜੀ ਸੱਚੀ ਗੱਲ ਆ ਮਾਸਟਰੀ ਆ ਆਪਣੀ ਅਮਲੀ ਚ ਮੈਂ ਅਮਲ ਕਰਦਾ ਨਹੀਂ ਲੇਕਿਨ ਪਰ ਉਸ ਉਹਦੀ ਐਕਟਿੰਗ ਬਹੁਤ ਵਧੀਆ ਕਰਦੇ ਔਰ ਮੈਨੂੰ ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਕਹਿੰਦਾ ਯਾਰ ਉਹ ਛੋਟੇ ਜਿੱਦਾਂ ਸਿੰਦਾ ਸਾਹਿਬ ਬੋਲਦੇ ਹੁੰਦੇ ਉਹ ਛੋਟੇ ਚੰਗਾ ਕਲਾਕਾਰ ਆ ਬਈ ਤੂੰ ਮੈਨੂੰ ਬੜਾ ਵਧੀਆ ਲੱਗਿਆ ਸਮਥਿੰਗ ਦੈਟ ਯੂ ਓਨ ਜੋ ਤੁਸੀਂ ਬਹੁਤ ਰੀਝਾਂ ਨਾਲ ਬਣਾਇਆ ਇਟਸ ਵੈਰੀ ਕਲੋਜ਼ ਟੂ ਯੋਰ ਹਾਰਟ ਘਰ
अच्छा सर तुहानू किसी तुहाडे फैन ने कोई ऐसी क्रेजी जी चीज़ गिफ्ट की है या कोई कोई भी चीज़ जो दिल दे तुहाडे बड़े छू गई हो बड़े करीब हो? नहीं मैंने गिफ्ट मिले पर फैन ने किसी ने नहीं दी। वो गिफ्ट मेरे मम्मी डैडी ने मैनू दिता, वो मेरा लाइफ पार्टनर है, वो गुरु महाराज ने झोली च पाया नाम गुग्गा रखा इन्होंने। हाँ जी सर ने लिया नाम पहले भी वही मेरा गिफ्ट है। तुम उन्होंने अपना ग्रेटेस्ट गिफ्ट मान दो। ऑल राइट थैंक यू सो मच। मैं थोड़े तिना का बहुत बहुत थैंक यू करना चाहूँगी सब तो पहला सानू टाइम देने ली और इन्नी ज़्यादा वधिया इंटरव्यू देने ली और इन्नी ऑनेस्ट इंटरव्यू देने ली। थैंक यू सो सो मच। थैंक यू एंड एक बार फिर तो ऑल द वेरी बेस्ट फॉर द फिल्म। वन लास्ट टाइम तुसी ऑडियंस नु जरूर कह दो कि 30 तारीक नु पहुंच जान। लो जी नात हो के तैयार हो के मित्र प्यारियो फिल्म आ रही है यारां दी पौ 12 30 मार्च नु यारां दी पौ 12 ਸੋ ਮਚ। ਇਹ ਸੀਗਾ ਜੀ ਪੀਟੀਸੀ ਸ਼ੋਕੇਸ। ਆਈ ਹੋਪ ਤੁਹਾਨੂੰ ਵਧੀਆ ਲੱਗਾ ਹੋਏਗਾ। ਫੋਰ ਨਾਓ ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।